Thank you.
किस अंत नहा, जै जै पेखा तै तै तू है, तुझते निकसी फूट मरा, ना जाना म्यो ना जाना जाली, जान दुख लगे तो तुझे संभाली। धन बिना धन बिना धन बिना जी मैं दरियाओ मेरा धन बिना जी करे जहान ज्योतिष भावे नानका कुकू सोई परवानो धन बिना धन बिना धन बिना मैं दरिया मेरा धन बिना Thank you.
ਅੰਤਰਮੁਖ ਕਰੋ ਸ਼ਬਦ ਵਿਚਾਰ ਦੇ ਸਨਮੁਖ ਕਰੋ ਤਦੇ ਹੀ ਪੂਰੀ ਪੂਰੀ ਸਮਝ ਔਰ ਸ਼ਬਦ ਦਾ ਆਨੰਦ ਆਏਗਾ। ਮਾਨੁਖ ਸਰੀਰ ਜਿਸ ਇੱਛਾ 84 ਲੱਖ ਜੀਣੇ ਤੱਕ ਨਹੀਂ ਹੈ ਖੇਤੀ ਦਾ ਵੀ ਕਰ ਰਿਹਾ ਹੈ ਇਸਦੇ ਹੀ ਰਹਿੰਦੇ ਪ੍ਰਾਣਾਯਾਮ
ਮਨ ਕਰ ਅੰਦਰ ਸਾਧਨ ਤਪੱਸਿਆ ਸਰੀਰ ਗਰੀਬ ਭੁੱਖਿਆ ਸਰੀਰ ਇਸ ਤਪੱਸਿਆ ਇਹ ਚੱਲੇ ਸਨ ਫਿਰ ਸ਼ੁੱਧੀ ਔਰ ਇਕਾਗਰਤ ਵਾਹਿਗੁਰੂ ਉਸ ਦਾ ਪ੍ਰਗਟ ਹੋ ਜਾਣ ਕਰਕੇ ਸਾਰੇ ਦੁੱਖਾਂ ਦਾ ਸੀ ਸਮਾਂ ਆਇਆ ਲੋਕਾਂ ਨੇ ਉਮਰ ਘੱਟ ਗਈਆਂ ਸਰੀਰ ਰੋਏ ਬਲੀ ਨਹੀਂ ਰਹਿ ਦਿਮਾਗ ਦਿਲ ਕਮਜ਼ੋਰ ਹੋ ਤਿਕਸ਼ਾ ਪ੍ਰਾਣਾਯਾਮ ਅਦੀਆਂ ਛਾਲਾਂ ਲੈਣ ਪੈ ਗਏ ਅੱਜ ਤੋਂ 500 ਸਾਲ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ ਸਮੇਂ ਦੇ ਮੁਤਾਬਕ ਹਜੇ ਯਤਨ ਦੱਸਦੇ ਜਿਵੇਂ ਪਹਿਲੇ ਸਮਿਆਂ ਦੇ ਲੋਕ ਅੱਗੇ ਜਦੋਂ ਕਿਤੇ ਬਿਮਾਰ ਉਹਨਾਂ ਨੂੰ ਬੜੇ ਬੜੇ ਪੁਣੀਆਂ ਐਲੋਪੈਥੀ ਆ ਗਏ ਉਦੋਂ ਵੀ ਤਰ੍ਹਾਂ ਸੁੱਕ ਗਏ ਨੇ ਹੁਣ ਅਮੂਲੀ 4 ਗੋਲੀਆਂ ਖਸੀਆਂ ਜਾਂ ਦੋਨੇ ਇੰਨਾ ਕੁ ਬੜੇ ਬੜੇ ਬੁੜੇ ਇਸ ਤਰ੍ਹਾਂ ਹੀ ਸਮੇਂ ਤਾਬਤ ਗੁਰੂ ਬਾਬਾ ਇਸ ਸਮੇਂ ਦੇ ਲੋਕ ਦੀ ਜਿਸਮਾਨੀ ਦਿਮਾਗੀ ਹਾਲਤ ਨੂੰ ਅਨੁਭਵ ਕਰਦਿਆਂ ਹੋਇਆਂ ਆਪ ਜੀ ਨੇ ਇਹ ਕੁਛ ਸਿੱਖੀ ਭਗਤੀ ਮਾਰਗ ਚਲਾਇਆ ਜਿਸ ਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ ਹਨ ਸੋ ਪ੍ਰਾਣਾਯਾਮ ਦੀ ਬਜਾਏ ਆਪ ਜੀ ਨੇ ਨਾਮ ਸਿਵਣ ਦੀ ਥਿਉਰੀ ਪ੍ਰਚਲਿਤ ਕੀਤੀ ਨਾਮ ਜਪਣੇ ਯੁਕਤੀਆਂ ਪ੍ਰਚਲਿਤ ਕੀਤੀਆਂ ਬਿਰਤੀ ਦੀ ਇਕਾਗਰਤਾ ਵਾਸਤੇ ਔਰ ਤਪੱਸਿਆ ਦੀ ਬਜਾਏ ਗੁਰੂ ਗੁਰੂ ਸਿੰਘ ਦੀ ਸੇਵਾ ਨੂੰ ਤਰਜੀਹ ਦਿੱਤੀ ਕਿਉਂਕਿ ਤਿਕਸ਼ਾ ਤਪੱਸਿਆ ਦੇ ਵਿੱਚ ਸਰੀਰ ਨੂੰ ਹੀ ਖੇਚਲ ਹੁੰਦੀ ਹੈ ਇੱਧਰ ਸੇਵਾ ਕਰਕੇ ਵੀ ਔਰ ਦੋਨਾਂ ਹਾਲਤਾਂ ਵਿੱਚ ਸੇਵਾ ਮਨ ਦੀ ਸ਼ੁੱਧੀ ਔਰ ਸਿਮਰਨ ਅਭਿਆਸ ਮਨ ਦੀ ਇਕਾਗਰਤਾ ਕਰਦਾ ਸ਼ੁੱਧੀ ਇਕਾਗਰਤਾ ਦੁਆਰਾ ਹੀ ਜੋ ਛੁਪਿਆ ਵਾਹਿਗੁਰੂ ਉਹਦਾ ਅੰਦਰੋਂ ਪ੍ਰਗਟ ਹੋਣਾ ਹੁੰਦਾ ਹੈ ਸੋ ਸੇਵਾ ਕਰਕੇ ਬੜੇ ਬੜੇ ਉੱਚ ਮਰਾਤਵੇ ਪ੍ਰਾਪਤ ਹੋਏ ਗੁਰੂ ਅੰਗਦ ਜੀ ਨੂੰ ਸੇਵਾ ਕਰਕੇ ਹੀ ਗੁਰਤਾ ਗੱਦੀ ਪ੍ਰਾਪਤ ਹੋਈ ਬਾਬਾ ਅਮਰਦਾਸ ਜੀ ਨੂੰ 60 ਸਾਲ ਦੀ ਉਮਰ ਦੇ ਵਿੱਚ ਗੁਰੂ ਸ਼ਰਨ ਦੀ ਪ੍ਰਾਪਤੀ ਹੋਈ ਕੱਲ ਵਿਚਾਰ ਚੱਲੀ ਸੀ ਅੱਜ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੱਦੀ ਮਿਲਣ ਦਾ ਗੁਰਪੁਰਬ ਹੈ ਇਸ 'ਤੇ ਵਿਚਾਰ ਕਰਾਂਗੇ ਸੋ ਗੁਰੂ ਅਮਰਦਾਸ ਜੀ ਇਹ ਵਿਚਾਰ ਫਿਰ ਲੈ ਲਵਾਂਗੇ ਗੁਰੂ ਅਮਰਦਾਸ ਜੀ ਜਦੋਂ ਗੁਰਤਾ ਗੱਦੀ 'ਤੇ ਬੈਠੇ ਬੀਬੀ ਪਾਨੀ ਦਾਨੀ ਤੋਂ ਲੜਕੀਆਂ ਸਨ ਆਪ ਜੀ ਦੇ ਪਾਨੀ ਦੇ ਘਰ ਵਾਲੇ ਰਾਮਦਾਸ ਜੀ ਦਾਨੀ ਦੇ ਘਰ ਵਾਲੇ ਰਾਮਾ ਜੀ ਸਨ ਇਹ ਵੀ ਦੋਵੇਂ ਗੁਰੂ ਨੂੰ ਗੁਰੂ ਪਰਮੇਸ਼ਰ ਜਾਣ ਕੇ ਸੇਵਾ ਕਰਦੇ ਸਨ ਸੋ ਬੀਬੀਆਂ ਵੀ ਆਪਣੇ ਸੇਵਾ ਦੀ ਮਹੱਤਤਾ ਨੂੰ ਅੱਛੀ ਤਰ੍ਹਾਂ ਸਮਝਿਆ ਹੋਇਆ ਸੀ ਅਤੇ ਗੁਰੂ ਦੀ ਖੁਸ਼ੀ ਸੇਵਾ 'ਤੇ ਹੈ ਸੇਵਾ ਕਰਕੇ ਸਭ ਕੁਛ ਪ੍ਰਾਪਤ ਹੁੰਦਾ ਹੈ ਸੇਵਾ ਨੂੰ ਵੇਵਾ ਮਿਲਦਾ ਹੈ ਸਯੋਂ ਆਪ ਜੀ ਹਾਲਾਂਕਿ ਦਾਮਾਦ ਸਨ ਬੜੀ ਸੇਵਾ ਕਰਦੇ ਸਨ ਬੀਬੀ ਭਾਨੀ ਵੀ ਸੇਵਾ ਕਰਦੀ ਸੀ ਸੇਵਾ ਸੋ ਇੱਕ ਦਫ਼ਾ ਦਾ ਜ਼ਿਕਰ ਸਿੱਖਾਂ ਦੇ ਦਿਲ ਵਿੱਚ ਖਿਆਲ ਆਇਆ ਬੀਬੀ ਭਾਨੀ ਨੇ ਰੋਜ਼ ਸਵੇਰੇ ਮਤਵੇੜੇ ਇਸ਼ਨਾਨ ਕਰਾਉਣਾ ਪਹਿਰਾ ਥੰਨੇ ਗੁਰੂ ਜੀ ਦਾ ਚੌਂਕੀ ਆਦਿ ਵਿਛਾਉਣੀ ਉਸ 'ਤੇ ਗੁਰੂ ਜੀ ਆਸਣ ਵਿਛਾ ਕੇ ਸਮਾਧ ਸਥਿਤ ਹੋਇਆ ਕਰਦੇ ਦਿਨ ਚੜ੍ਹੇ ਤੱਕ ਅੱਜ ਵੀ ਇਸ਼ਨਾਨ ਕਰਾਇਆ ਇਸ਼ਨਾਨ ਤੋਂ ਬਾਅਦ ਗੁਰੂ ਜੀ ਚੌਂਕੀ ਦੇ ਉੱਪਰ ਚੌਂਕੜਾ ਮਾਰ ਕੇ ਸਜ ਗਏ ਚੌਂਕੀ ਦਾ ਇੱਕ ਪਾਵਾ ਕਮਜ਼ੋਰ ਬਹੁਤ ਚਿੱਤ ਵਿੱਚ ਖਿਆਲ ਕੀਤਾ ਬੀਬੀ ਨੇ ਅਗਰ ਟੁੱਟ ਗਿਆ ਐਸਾ ਨਾ ਹੋਵੇ ਸਰੀਰ ਡੋਲ ਜਾਏ ਗਿਰ ਜਾਏ ਸੱਟ ਲੱਗੇਗੀ ਉਸ ਮੌਕੇ ਆਪਣਾ ਹੱਥ ਉਹ ਪਾਵੇ ਦੇ ਹੇਠਾਂ ਦੇ ਦਿੱਤਾ ਉਸੇ ਤਾਂ ਬੈਠੀ ਰਹੀ ਗੁਰੂ ਜੀ ਨੇਤਰ ਮੀਟ ਬਿਰਤੀ ਅੰਤਰਮੁਖ ਸਮਾਧ ਸਥਿਤ ਹੋ ਗਏ ਉਹ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਬਿਰਤੀ ਲਵਲੀਨ ਕਰਕੇ ਉਸ ਆਨੰਦ ਵਿੱਚ ਲਵਲੀਨ ਹੋਏ ਸੋ ਦਿਨ ਚੜ੍ਹੇ ਸਮਾਧੀ ਟੁੱਟੀ ਨੇਤਰ ਖੁੱਲ੍ਹੇ ਕੀ ਦੇਖਿਆ ਪਾਨੀ ਪਾਸ ਬੈਠੇ ਪੁੱਛਾਂਗੇ ਬੇਟਾ ਕੀ ਗੱਲ ਕੀ ਕਾਰਨ ਚੁੱਪ ਰਹੇ ਨਿਗਾਹ ਮਾਰੀ ਪਾਵੇ ਦੇ ਹੇਠਾਂ ਹੱਥ ਦਿੱਤਾ ਹੈ ਕਿਉਂ ਕੀ ਕਾਰਨ ਜਦੋਂ ਵਜ਼ਨ ਆ ਜੇ ਨਾੜੀਆਂ 'ਤੇ ਖੂਨ ਦਾ ਦੌਰਾ ਬੰਦ ਹੋ ਜਾਂਦਾ ਹੈ ਮਾਂ ਨੇ ਕਾਲੀ ਹੋਣੀ ਕੀ ਕਾਰਨ ਪਿਤਾ ਜੀ ਪਾਵਾ ਕਮਜ਼ੋਰ ਸੀ ਚੌਂਕੀ ਦਾ ਦਿਲ ਵਿੱਚ ਖਿਆਲ ਆਇਆ ਜੇਕਰ ਪਾਵਾ ਟੁੱਟ ਗਿਆ ਜਾਂ ਇੱਧਰ ਉੱਧਰ ਕੁਛ ਹੋਰ ਹੋ ਗਿਆ ਚੌਂਕੀ ਡੋਲ ਜਾਏਗੀ ਆਪ ਨੂੰ ਸੱਟ ਨਾ ਵੱਜੇ ਇਸ ਵਾਸਤੇ ਮੈਂ ਗੁਰੂ ਜੀ ਜਿੱਥੇ ਹੋਰ ਸੇਵਾ ਕਰਦੇ ਸੀ ਪਾਨੀ ਅੱਜ ਇਸ ਸੇਵਾ 'ਤੇ ਅਤਿਅੰਤ ਪ੍ਰਸੰਨ ਹੋਏ ਵਕਤ ਦੀ ਸੇਵਾ ਹੁੰਦੀ ਹੈ ਮੈਨੇ ਰੱਖਦੀ ਹੈ ਕਹਿਣ ਲੱਗੇ ਬੇਟਾ ਮੰਗ ਜੋ ਕੁਛ ਮੰਗਣਾ ਮੈਂ ਬੜਾ ਪ੍ਰਸੰਨ ਬੀਬੀ ਪਾਨੀ ਕਹਿਣ ਲੱਗੇ ਮਹਾਰਾਜ ਘਰ ਦੀ ਘਰ ਵਿੱਚ ਹੀ ਰਹਿ ਜਾ ਗੁਰਤਾ ਗੱਦੀ ਦਾ ਵਿਚਾਰ ਘਰ ਦੀ ਘਰ ਵਿੱਚ ਸੋ ਗੁਰੂ ਅਮਰਦਾਸ ਨੇ ਕਿਹਾ ਠੀਕ ਹੈ ਪਹਿਲੇ ਵਸਤੂ ਸੇਵਕ ਨੂੰ ਮਿਲਦੀ ਚਲੀ ਆਈ ਹੈ ਗੁਰੂ ਨਾਨਕ ਜੀ ਨੇ ਆਪਣੇ ਪੁੱਤਰਾਂ ਨੂੰ ਸ੍ਰੀ ਚੰਦ ਲਕਸ਼ਮੀ ਦਾਸ ਜੀ ਨੂੰ ਭਾਵੇਂ ਹਰ ਤਰੀਕੇ ਸ੍ਰੀ ਯੋਗ ਸਨ ਪਰ ਲੈਣਾ ਜੀ ਪੂਰੀਆਂ ਕਸਵੱਟੀਆਂ 'ਤੇ ਪੂਰੇ ਉੱਤਰੇ
ਉਹਨਾਂ ਨੂੰ ਦਾਤ ਦਿੱਤੀ, ਸੇਵਕ ਨੂੰ ਦਿੱਤੀ, ਆਗਿਆਕਾਰੀ ਨੂੰ ਦਿੱਤੀ। ਫਿਰ ਗੁਰੂ ਅੰਗਦ ਜੀ ਨੇ ਆਪਣੇ ਪੁੱਤਰ ਅਮਦਾਸੂ ਦੱਤ ਨੂੰ ਇਹ ਬਖਸ਼ਿਸ਼ ਨਹੀਂ ਕੀਤੀ, ਸੋ ਸਾਨੂੰ ਇਹ ਦਾਤ ਦਿੱਤੀ ਹੈ ਸੇਵਾ 'ਤੇ ਪ੍ਰਸੰਨ ਹੋ ਕੇ। ਇਹ ਵਸਤੂ ਸੇਵਾ ਸੇਵਕ ਦੀ ਹੈ, ਸੇਵਕ ਵੀ ਆਗਿਆਕਾਰ ਹੋਵੇ, ਪੂਰਾ ਪ੍ਰਸੰਨ ਕਰ ਲਵੇ ਸਵਾਮੀ। ਇਸ ਕਰਕੇ ਅੱਛਾ ਤਾਂ ਬਚਨ ਮੰਗਿਆ ਹੈ, ਐਸਾ ਹੀ ਹੋ ਜਾਏਗਾ। ਖੈਰ ਸਾਰੇ ਗੱਲ ਪ੍ਰਚਲਿਤ ਹੋ ਗਈ ਹੈ, ਪਰ ਹੋਵੇਗੀ ਉਸਦੀ ਜੋ ਪੂਰੀ ਪੂਰੀ ਆਗਿਆ ਮੰਨੇਗਾ, ਗੁਰੂ ਦੀ ਪੂਰਾ ਆਗਿਆਕਾਰੀ ਹੋਵੇਗਾ। ਤਦੇ ਕਿਹਾ ਵੱਡੀ ਸੇਵਾ ਗੁਰੂ ਦੀ ਕੀ ਹੈ, ਯੂੰ ਬਚਨਾ ਦਾ ਆਗਿਆ ਸਮ ਨਹੀਂ ਸਾਹਿਬ ਸੇਵਾ। ਆਗਿਆ ਸਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ। ਆਗਿਆ ਸਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ। ਆਗਿਆ ਵਿੱਚ, ਹੁਕਮ ਵਿੱਚ, ਰਜ਼ਾ ਵਿੱਚ ਖੜਨਾ ਵੱਡੀ ਸੇਵਾ। ਦਾਮਾ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦੋਵੇਂ ਦਾਮਾਦ ਸਨ। ਦੋਵੇਂ ਗੁਰੂ ਪਰਮੇਸ਼ਰ ਜਾਣ ਕੇ ਸੇਵਾ ਵਿੱਚ ਡਟੇ ਰਹਿੰਦੇ ਸਨ। ਇਹ ਸੰਗਤਾਂ ਵਿੱਚ ਪ੍ਰਗਟ ਹੋ ਗਈ ਸੀ ਗੱਲ ਵੀ ਬੜੀ ਸੇਵਾ ਕਰਦੇ ਹੈ, ਆਗਿਆ ਵੀ ਬੜੀ ਮੰਨਦੇ ਹਨ। ਪਰ ਬੀਬੀ ਪਾਣੀ ਨੇ ਵਰਦੀ ਲੈ ਲਿਆ ਔਰ ਸਾਰੇ ਵਿੱਚੋਂ ਸੇਵਾ ਵਿੱਚ ਇਹਨਾਂ ਦਾ ਨੰਬਰ ਪ੍ਰਤੀਤ ਹੁੰਦਾ, ਪਤਾ ਨਹੀਂ ਕਿਸ 'ਤੇ ਖੁਸ਼ੀ ਹੋ ਜਾਏ ਗੁਰੂ ਜੀ। ਇਹ ਸੰਗਤਾਂ ਦੇ ਦਿਲ ਵਿੱਚ ਖਿਆਲ, ਸੋ ਉਹਦਾ ਨਿਰਣਾ ਕਰਨ ਵਾਸਤੇ ਗੁਰੂ ਅਮਰਦਾਸ ਜੀ ਅੱਜ ਚੱਲਦੇ ਹਨ, ਕੁਛ ਸਿੱਖ ਸੰਗਤਾਂ ਨਾਲ ਹਨ, ਜਿੱਥੇ ਰਾਮਦਾਸ ਜੀ ਸੇਵਾ ਕਰ ਔਰ ਕਰਾ ਰਹੇ ਸਨ ਸੰਗਤਾਂ 'ਤੇ। ਉੱਥੇ ਪਹੁੰਚੇ, ਉੱਥੇ ਖੜ੍ਹ ਗਏ, ਆਪ ਜੀ ਨੇ ਆ ਕੇ ਚਰਣਾ 'ਤੇ ਸੀਸ ਰੱਖਿਆ, ਨਮਸਕਾਰ ਕੀਤੀ, ਫਰਮਾਨ ਕੀਤਾ, ਭਾਈ ਰਾਮਦਾਸ ਇਹ ਥਾਂ ਇੱਕ ਥੜਾ ਤਿਆਰ ਕਰਵਾਓ, ਕਿਤਨਾ ਉੱਚਾ ਕਿਤਨਾ ਲੰਬਾ ਚੌੜਾ ਹੋਣਾ ਚਾਹੀਦਾ, ਉਸ 'ਤੇ ਬੈਠ ਕੇ ਕਿਸੇ ਵਕਤ ਸਿਮਰਨ ਤਿਆਰ ਵਿੱਚ ਜੁੜਿਆ ਕਰਾਂਗੇ। ਕੱਲ੍ਹ ਨੂੰ ਇਸ ਵਕਤ ਤੱਕ ਤਿਆਰ ਹੋਣਾ ਚਾਹੀਦਾ। ਉਹਨਾਂ ਨੇ ਅਰਜ਼ ਕੀਤੀ, ਸਤਵਚਨ ਗਰੀਬ ਨੂੰ ਆਜ ਆਪ ਦੀ ਕਿਰਪਾ ਨਾਲ ਤਿਆਰ ਹੋ ਜਾਏਗਾ। ਅੱਗੇ ਚਲੇ ਗਏ, ਅੱਗੇ ਰਾਮਾ ਜੀ ਆਪ ਵੀ ਸੇਵਾ ਕਰਦੇ ਸਨ, ਹੋਰ ਸੰਗਤਾਂ ਵੀ ਕਰਵਾ ਰਹੇ ਸਨ। ਉਹਨਾਂ ਨੇ ਵੀ ਆ ਕੇ ਚਰਨੀ ਸੀ ਸੁਣਵਾਇਆ, ਉਹਨਾਂ ਨੂੰ ਕਹਿਣ ਲੱਗੇ ਭਾਈ ਰਾਮਾ ਇਹ ਥਾਂ ਇੱਕ ਥੜਾ ਤਿਆਰ ਕਰੋ, ਇਤਨਾ ਉੱਚਾ ਇਤਨਾ ਲੰਬਾ ਚੌੜਾ ਹੋਣਾ ਚਾਹੀਦਾ, ਕਿਸੇ ਵੇਲੇ ਉਸ 'ਤੇ ਬੈਠ ਕੇ ਭਜਨ ਕਰਿਆ ਕਰਾਂਗੇ। ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਕਰਨਾ ਹੋਏਗਾ। ਉਹਨਾਂ ਹੱਥ ਜੋੜ ਕੇ ਅਰਜ਼ ਕੀਤੀ, ਸਭ ਭਜਨ ਗਰੀਬ ਨੂੰ ਅੱਜ ਐਸਾ ਹੀ ਹੋ ਜਾਏਗਾ। ਪੈਰ ਚਲੇ ਗਏ, ਦੋਨਾਂ ਨੇ ਥੜੇ ਤਿਆਰ ਕਰ ਲਏ। ਦੂਸਰਾ ਦਿਨ ਆ ਗਿਆ, ਅੱਜ ਸ਼ਾਮ ਦਾ ਵਕਤ ਹੈ, ਕੁਛ ਸਿੱਖ ਸੰਗਤਾਂ ਨਾਲ ਹਨ ਗੁਰੂ ਜੀ ਦੇ, ਇਸੀ ਤਰ੍ਹਾਂ ਹੌਲੀ ਹੌਲੀ ਉੱਧਰ ਨੂੰ ਫੈਲਦੇ ਜਾ ਰਹੇ ਹਨ। ਰਾਮਾ ਜੀ ਪਾਸ ਰਾਮਦਾਸ ਪਾਸ ਪਹੁੰਚ ਗਏ, ਥੜਾ ਤਿਆਰ ਸੀ, ਉਹਨਾਂ ਨੇ ਚਰਨੀ ਸੀਸ ਨਵਾਇਆ ਆ ਕੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਥੜੇ ਵੱਲ ਨਿਗਾਹ ਕੀਤੀ ਅਤੇ ਦੇਖ ਕੇ ਕਿਹਾ, ਭਾਈ ਰਾਮਦਾਸ ਥੜਾ ਜਿਹੋ ਜਿਹਾ ਚਾਹੀਦਾ ਸੀ, ਉਹੋ ਜਿਹਾ ਨਹੀਂ ਬਣ ਸਕਿਆ,
اس نو گرا دے, اتنا لمبا اتنا چوڑا اتنا اچا کل اس وقت تے پہلے پہل تیار ہونا چاہیے. انہوں نے عرض کی ست وچن غریب نواز, حضور سربگ ہو اے جیو الپک ہے, آپ دا گوڑا شاہ چھوٹی عقل وچ آندا نہیں, آپ کی کرپا کر کے سمت بخشو, اجل مت بخشو, غریب نواز یہ جہا تھڑا تیار ہو جاوے. کل نو کوشش کی جائے کہ حضور دے حکم انوسار خیر کہہ کے چلے گئے, ایسا تیار کرایا. اگے پہنچے, اگے راما جی نے چرنی شیش نوایا, کھڑے ول نگاہ کیتی, بھائی راما کھڑا نہیں ٹھیک بنیا, اس نو گرا دیو. جہا جہ کہا سی وہ جہ نہیں بن سکیا. کل نو اس وقت تے پہلے پہلے اتنا لمبا اتنا چوڑا اتنا اچا ہونا چاہیے, یوں کرے کہ ست وجن گری نواز ٹا دینا. کیا تو یہ جی اِسی کوئی گل نہیں پٹا دینا. خیر چلے گئے کہہ کے. اج تیسرا دن آ گیا تو انہوں نے تھڑے پھر تیار کر لے. پھر پہنچتے ہیں رام داس جی نے آ کے پھر چرنی شیش نوایا, گرو جی نے کھڑے ول نگاہ کی تھی, بھائی رام داس کھڑا نہیں ٹھیک بنیا, اس نو گرا دیو. کل نو اس وقت پہلے پہلے اتنا اچا ہوئے اتنا لمبا چوڑا ہوئے وہ تیار کرے. عرض کی تھی گریو نواز, کل جگی جیوا بدھ بہت ملن ہے, آپ اپنی کرپا دشٹی دوارا بدھ نو سوچھ کرو, آپ دی ہسو منشا تھڑا تیار ہو جاوے. گریو نواز سیوک نو تو سیوا ہی کرنی بن گئی. اتیار نمرتا دے بچن کہہ کے ست بچن اگے چلے گئے. اگے راما جی آدھے ہیں چرنی شیش نو آدھے ہیں, کھڑے ول نگاہ کی, آئی راما تھڑا اچھا نہیں بنیا, جہا جہ کیا سی تینوں یہو جہ نہیں بنیا, اس نو گرا دے. کل نو یہو جہ تیار کر کے رکھی. راما جی کہنے لگے, غریب نواز پہلے دن بھی جہا جہ آپ نے کیا سی اویں بنیا, کل بھی جی میں کہا اس دے مطابق ہی بنایا گیا, اچھا جی آپ نو نہیں پسند آ دینا کل نو پھر بنا دیں گے. ہاں بھائی ٹھیک نہیں. اج چوتھا دن آ جاتا ہے, اسی طرح پھر سنگتاں دے سمیت گرو امرداس پہنچے. رام داس جی نے چرنی شیش نوایا, تھڑے ول نگاہ کیتی گئی, حکم ہویا بھائی رام داس تھڑا نہیں ٹھیک بنیا, اس نو ٹا دیو, سمجھ نہیں آئی تیرے جہا جا کے ہے, کل نو یہو جہ تیار کر. ست وجن غریب نواز, کل جگی جیو ہاں بہت ہی مت ملی نے غریب نواز, حضور دا گوڑا آشا سمجھ نہیں آتا, آپ سربگ ہو, سربگ دے آشے نو الفگ جیو کیسے سمجھ سکے, آپ سی کرپا کرو مہر کرو طاقت بخش کے غریب نواز تھڑا تیار کرواؤ, سیوک نو تو سیوا ہی کرنی بنتی, سیوک کو سیوا بنیا ہی حکم بوجھ پرم پت پائے. اتیاد نمرتا دے بہت نمرتا دے وچن کہہ کے چرنا دے بار بار نمسکار کرتے ہیں, کھیما منگتے ہیں, میں بڑا نقصان کرتا گرو کرتا, بار بار اتنا چونا حال خراب ہوں, غریب نواز کھیما کرو. خیر کہہ کے چلے گئے. یہو جہ اگے راما جی انہوں نے بھی آ کے نمسکار کی تھی, کھڑے ول نگاہ مار کے کہنے لگے, بھائی راما کھڑا ہٹا دے, ٹھیک نہیں بنیا, جہا جہ تین دسیا سی وہ جہ نہیں بن سکیا. راما جی دے اندر تھوڑی جی ہاں آ گئی, کہنے لگے مہاراج آپ کی عمر زیادہ ہو گئی ہے, ہوں آپ کہہ کے بھول جاندے ہو, جی میں کہا سی پہلے دن بھی وہ جہ بنے سی, جی میں دوجے دن کہا سی اس دن بھی وہ جہ حضور دے کہے مطابق بنایا, ہوں بھی پر آپ کہہ کے بھول جاندے ہو بنایا تو وہ جہ سی, کیونکہ جب زیادہ عمر ہو جاندی ہے بھولن کا سبھاؤ ہو جاتا. اتیاد بچن کہے. خیر گرو جی ہوں یہاں دونوں گلوں تو کی گل پائی جاتی ہے, اتنے اتینت نمرتا سیوک نو تو سیوا بننی, ساری زندگی کھڑے بنائی جاؤ ٹھائی جاؤ, سیوک نے تو سیوا کرنی خوشی چاہیے سوامی کی, ہمیں ساری زندگی ہی کرپا کرائی جان, اگر خوشی ہو جائے اسی گل بھی ہور کی چاہیے. سو اس کر کے سیوک نے تو گرو نو گرو پرمیشر ہے سکھ کا, اس نے گرو نو پرسن کرنا, گرو پرسن ہو گیا تو سب کچھ بچ سکتا. سو ادھر راما جی جی ہاں آ گئی اندر بھی آپ بھول جانے بنا ٹھیک ہی ہاں, کتنے گئی گل یہ دونوں وچوں, اس کر کے سیانے نے سمجھ لیا کتنے وہ سیوا جس سیوا دوں آ گئی کتنے ہوں تو رہے تو دونوں کا زمین آسمان کا فرق ہوا کرتا ہے. سو اس طریقے سر دونوں سیوا کرتے ہیں. ایک دن امرداس جی کہ بیٹا بی بی پانی نو رام داس کی عمر ختم ہو گئی,
ਇਹਦੀ ਉਮਰ ਖਤਮ ਹੈ ਕੀ ਕਰੇਂਗੀ ਅਰਜ ਕੀਤੀ ਗਰੀਬ ਨਵਾਜ ਸੇਵਾ ਕਰਕੇ ਭਜਨ ਕਰਕੇ ਸਮਾਂ ਬਤੀਤ ਕਰਾਂਗੇ ਸੋ ਗੁਰੂ ਜੀ ਕਹਿਣ ਲੱਗੇ ਮੈਂ ਤੇਰੀ ਸੇਵਾ 'ਤੇ ਔਰ ਰਾਮਦਾਸ ਦੀ ਸੇਵਾ 'ਤੇ ਬਹੁਤ ਪ੍ਰਸੰਨ ਹਾਂ ਮੇਰੀ ਉਮਰ 8 ਸਾਲ ਕੁਛ ਮਹੀਨੇ ਰਹਿੰਦੀ ਹੈ ਗੁਰੂ ਤਾਂ ਗੱਦੀ ਦੇ ਸਮੇਤ ਮੈਂ ਰਾਮਦਾਸ ਨੂੰ ਦਿੰਦਾ ਹਾਂ ਤੁਹਾਡੀ ਸੇਵਾ 'ਤੇ ਪ੍ਰਸੰਨ ਹੋ ਕੇ ਇਤਿਹਾਸ ਉਹਨਾਂ ਨੂੰ ਇਹ ਦਾਤ ਬਖਸ਼ ਕੇ ਆਪ ਆਪਣਾ ਪੰਜ ਪੁੱਤਰਾਂ ਤਿਆਗ ਦਿੰਦੇ ਹਨ ਰਾਮਦਾਸ ਜੀ ਦੇ 3 ਸਾਹਿਬਜ਼ਾਦੇ ਸਨ ਪ੍ਰਿਥੀ ਚੰਦ ਵੱਡਾ ਔਰ ਮਹਾਂਦੇਵ ਜੀ ਅਤੇ ਸ਼੍ਰੀ ਅਰਜਨ ਦੇਵ ਜੀ ਪ੍ਰਿਥੀ ਚੰਦ ਬਹੁਤਾ ਹੁਸ਼ਿਆਰ ਸੀ ਚੀਜ਼ਾਂ ਵਸਤਾਂ ਦਾ ਸੰਭਾਲ ਆਦਿ ਕਰਨਾ ਔਰ ਮਹਾਂਦੇਵ ਅਵਧੂਤ ਪ੍ਰੀਤੀ ਵਾਲਾ ਸੀ ਪੱਠੇ ਪੈਰ ਸਮਾਧਿਸ਼ਟ ਰਹਿ ਕੇ ਖੁਸ਼ ਸੀ ਔਰ ਸ਼੍ਰੀ ਅਰਜਨ ਦੇਵ ਜੀ ਆਗਿਆਕਾਰੀ ਸੀ ਆਗਿਆ ਵਿੱਚ ਖੜਨ ਬੀਬੀ ਪਾਨੀ ਦੇ ਹੀ ਸਿੱਖਿਆ ਸੀ ਬੇਟਾ ਗੁਰੂ ਪਿਤਾ ਦੀ ਆਗਿਆ ਵਿੱਚ ਖੜਨਾ ਆਗਿਆ ਨਹੀਂ ਭੰਗ ਕਰਨੀ ਹਮੇਸ਼ਾ ਆਗਿਆ ਵਿੱਚ ਖੜਨਾ 100% ਦੀ ਆਗਿਆ ਮੰਨਣ ਵਾਲਾ ਜਿਹੜਾ ਗੁਰੂ ਦੀ ਉਹਦੇ ਵਿੱਚ ਸਭ ਕੁਛ ਹੈ ਇਸ ਕਰਕੇ ਇਹ ਪੂਰੇ ਆਗਿਆ ਵਿੱਚ ਵਿਚਰਦੇ ਸਨ ਇਹ ਸਾਰੀਆਂ ਸੰਗਤਾਂ ਵਿੱਚ ਵਿਦਿਤ ਹੋ ਚੁੱਕਾ ਸੀ ਵੀ ਗੁਰੂ ਅਮਰਦਾਸ ਜੀ ਨੇ ਆਪਣੀ 8 ਸਾਲ ਕੁਛ ਮਹੀਨੇ ਉਮਰ ਰਾਮਦਾਸ ਜੀ ਨੂੰ ਦਿੱਤੀ ਹੈ ਅਤੇ ਇਸਦੇ ਸਮੇਤ ਗੁਰੂ ਤਾਂ ਗੱਦੀ ਦਿੱਤੀ ਉਹ ਤਾਕਤਾਂ ਦਿੱਤੀਆਂ ਸਾਰੀਆਂ ਸਹੀਓ ਪ੍ਰਿਥੀ ਚੰਦ ਨੂੰ ਵੀ ਪਤਾ ਸੀ ਉਸ ਤੋਂ ਬਾਅਦ ਇਹ ਵੀ ਪਤਾ ਸੀ ਘਰ ਦੀ ਘਰ ਵਿੱਚ ਰਹੇ ਇਹ ਵਰਲੇ ਆ ਸੋ ਪ੍ਰਿਥੀ ਚੰਦ ਖਿਆਲ ਸੀ ਵੀ ਸ਼ਾਇਦ ਮੈਂ ਵੱਡਾ ਪੁੱਤਰ ਹਾਂ ਮੈਨੂੰ ਇਹ ਵਸਤੂ ਮਿਲਦਾ ਲੇਕਿਨ ਸ਼੍ਰੀ ਅਰਜਨ ਦੇਵ ਜੀ ਦਾਸਾ ਭਾਵ ਦੇ ਵਿੱਚ ਵਿਚਰਦੇ ਸਨ ਮੇਰਾ ਫਰਜ਼ ਹੈ ਸੇਵਾ ਕਰਨੀ ਆਗਿਆ ਵਿੱਚ ਵਿਚਰਨਾ ਗੁਰੂ ਨੂੰ ਸੇਵਾ ਕਰਕੇ ਪ੍ਰਸੰਨ ਕਰਨਾ ਇੱਕ ਦਫ਼ਾ ਆਪ ਜੀ ਦਾ ਪੁੱਛੋ ਕਿ ਗੁਰੂ ਰਾਮਦਾਸ ਜੀ ਦਾ ਲਾਹੌਰ ਦਾ ਸੀ ਤੁਹਾਡੀ ਖਾਨਦਾਨ ਵਿੱਚ ਆਪ ਜੀ ਦਾ ਭਰਾ ਸਿਹਾਰੀ ਮੱਲ ਪੈਦਾ ਲੜਕਾ ਆ ਕੇ ਅਰਜ਼ ਕਰਦਾ ਹੈ ਮਹਾਰਾਜ ਮੇਰੇ ਲੜਕੇ ਦੀ ਸ਼ਾਦੀ ਹੈ ਆਪ ਉਹਦੇ ਵਿੱਚ ਸ਼ਾਮਿਲ ਹੋ ਤਾਂ ਕਿ ਬਹੁਤ ਸਾਰੇ ਵਿਘਨ ਵੀ ਦੂਰ ਹੋਣ ਪਰ ਅਸੀਂ ਗ੍ਰਿਸ਼ਤੀ ਦੁਨੀਆ ਦੀ ਕੁਛ ਹੋਬਾ ਵੀ ਚਾਹੁੰਦੇ ਹਾਂ ਗੁਰੂ ਰਾਮਦਾਸ ਜੀ ਨੇ ਸੋਚਿਆ ਜੇ ਅਸੀਂ ਗਏ ਸੰਗਤਾਂ ਨੇ ਬੇਅੰਤ ਇਕੱਠੇ ਹੋ ਜਾਣਾ ਹੈ ਅੱਗੇ ਸਮਝਿਆ ਤਾਂ ਸ਼ਾਇਦ ਸੇਵਾ ਇਤਨੀ ਹੋ ਸਕਿਆ ਨਾ ਹੋ ਸਕੇ ਜੋ ਚਾਹੁੰਦੇ ਸ਼ਾਇਦ ਇਹਨਾਂ ਦਾ ਖਿਆਲ ਪੂਰਾ ਨਾ ਹੋ ਸਕੇ ਬਿਹਤਰ ਹੈ ਅਤੇ ਇਹਨਾਂ ਲੜਕਿਆਂ ਵਿੱਚੋਂ ਕਿਸੇ ਨੂੰ ਭੇਜ ਦਿੱਤਾ ਜਾਵੇ ਉਸ ਮੌਕੇ ਸਿਹਰੀਮਲ ਜੀ ਸਾਨੂੰ ਸਾਡੇ ਗੁਰੂ ਜੀ ਦਾ ਹੁਕਮ ਹੈ ਸਰੋਵਰ ਦੀ ਸੇਵਾ ਕਰਨੀ ਅਸੀਂ ਵੀ ਇਹਦੀ ਨੀਂਹ ਰਖਾ ਗਏ ਸੀ ਆਪ ਸੰਯੋਗ ਕਰਕੇ ਆਪ ਪ੍ਰਿਥੀ ਚੰਦ ਨੂੰ ਲੈ ਜਾਓ ਪ੍ਰਿਥੀ ਚੰਦ ਨੂੰ ਬੁਲਾ ਕੇ ਕਿਹਾ ਬੇਟਾ ਤੇਰੇ ਤਾਏ ਦੇ ਲੜਕੇ ਦੀ ਸ਼ਾਦੀ ਹੈ ਲਾਹੌਰ ਜਾਓ ਜਾ ਕੇ ਜਥਾ ਯੋਗ ਜੋ ਵਿਵਹਾਰ ਕਾਰਿਆ ਕਰਨਾ ਉਸ ਤੋਂ ਬਾਅਦ ਉੱਥੇ ਠਹਿਰ ਜਾਣਾ ਠਹਿਰ ਕੇ ਸੰਗਤਾਂ ਨੂੰ ਸਦਉਦੇਸ਼ ਕਰਨਾ ਜਦੋਂ ਬੁਲਾਇਆ ਜਾਵੇ ਫਿਰ ਆਪ ਨੇ ਆਉਣਾ ਹੋਏਗਾ ਇਹ ਵਚਨ ਸੁਣ ਕੇ ਪ੍ਰਿਥੀ ਚੰਦ ਦੇ ਦਿਲ ਵਿੱਚ ਖਿਆਲ ਆਇਆ ਵੀ ਗੁਰੂ ਪਿਤਾ ਦੀ ਉਮਰ ਥੋੜ੍ਹੀ ਰਹਿੰਦੀ ਹੈ ਕਿਤੇ ਇਸ ਮਹਾਨ ਮੈਨੂੰ ਪਰਾਂ ਤੋਰ ਕੇ ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣਾ ਚਾਹੁੰਦੇ ਉਹ ਦਿਲ ਵਿੱਚ ਪਹਿਲਾਂ ਹੀ ਖਿਆਲ ਚਲਾ ਗਿਆ ਸੋ ਕਹਿਣ ਲੱਗਾ ਮਹਾਰਾਜ ਦੇਖੋ ਆਪ ਅੱਛੀ ਤਰ੍ਹਾਂ ਜਾਣਦੇ ਹੋ ਸੰਗਤਾਂ ਦਾ ਸਾਹਮਣਾ ਵਿਹਾਰ ਕਾਰ ਜਿਤਨਾ ਮੇਰੇ ਜ਼ਿੰਮੇ ਹੈ ਇਸ ਕਰਕੇ ਮਹਾਂਦੇਵ ਨੂੰ ਅਰਜਨ ਦੇਵ ਨੂੰ ਭੇਜ ਦੋ ਮੇਰੇ ਤੋਂ ਬਿਨਾਂ ਇੱਥੇ ਦਾ ਕੰਮ ਨਹੀਂ ਚੱਲਣਾ ਗੁਰੂ ਜੀ ਸਮਝ ਗਏ ਮਹਾਂਦੇਵ ਨੇ ਕਿਹਾ ਬੇਟਾ ਮਹਾਂਦੇਵ ਤੂੰ ਜਾ ਉਹ ਕਹਿਣਾ ਮਹਾਰਾਜ ਮੇਰੀ ਦ੍ਰਿਸ਼ਟੀ ਤਾਂ ਸੰਸਾਰ ਹੀ ਨਹੀਂ ਹੈ ਸੰਸਾਰ ਦੇ 3 ਕਾਲ ਭਾਵ ਹੈ ਕਿਹੜਾ ਕਿਹੜਾ ਰਿਸ਼ਤੇਦਾਰ ਹੈ ਕਿਹੜਾ ਸੰਬੰਧੀ ਮੈਂ ਕਿਹਦਾ ਜਾ ਕੇ ਕਿਹਦੇ ਵਿਆਹ ਵਿੱਚ ਸ਼ਾਮਿਲ ਹੋਵਾਂ ਜਾ ਉਹ ਸਮਾਦਿਸ਼ਟ ਅਵਸਥਾ ਵਿੱਚ ਰਹਿਣਾ ਚਾਹੁੰਦਾ ਸੀ ਵਿਵਹਾਰਕਾਰ ਨੂੰ ਪਸੰਦ ਨਹੀਂ ਸਨ ਕਰਦੇ ਇਸ ਕਰਕੇ ਉਹਨਾਂ ਵੱਲੋਂ ਵੀ ਅਸੀਂ ਛੋਟੇ ਸ਼੍ਰੀ ਰਾਜਨ ਦੇਵ ਜੀ ਨੂੰ ਬੁਲਾ ਕੇ ਬੇਟਾ ਲਾਹੌਰ ਜਾਓ ਤੇਰੇ ਤਾਏ ਦੇ ਲੜਕੇ ਸਿਹਾਰੀ ਮੱਲ ਦੇ ਲੜਕੇ ਦਾ ਵਿਆਹ ਹੈ ਉੱਥੇ ਜਥਾ ਜੁਗ ਜੁਗ ਕਰਨਾ ਬਣਦਾ ਹੈ ਵਿਵਹਾਰਕਾਰ ਕਰੋ ਉਸ ਤੋਂ ਬਾਅਦ ਲਾਹੌਰ ਠਹਿਰ ਜਾਣਾ ਸੰਗਤਾਂ ਨੂੰ ਸਦਉਦੇਸ਼ ਕਰਨਾ ਜਦੋਂ ਆਪ ਨੂੰ ਬੁਲਾਇਆ ਜਾਵੇ ਫਿਰ ਆਉਣਾ ਨਿੰਦਰ ਉੱਥੇ ਠਹਿਰ ਆਗਿਆ ਵਿੱਚ ਆਗਿਆ ਸਮ ਨਹੀਂ ਸਾਹਿਬ ਸੇਵਾ ਜਾਣ ਨੂੰ ਕਿਹੜਾ ਦਿਲ ਚਾਹੁੰਦਾ ਸੀ ਵਿਛੜ ਨੂੰ ਕਿਹੜਾ ਦਿਲ ਚਾਹੁੰਦਾ ਸੀ ਲੇਕਿਨ ਆਗਿਆ ਅੱਗੇ ਸਿਰ ਚੁਕਾਇਆ ਗਿਆ ਸਭ ਤੋਂ ਵੱਡੀ ਸੇਵਾ ਆਗਿਆ ਹੈ ਇਉਂ ਹੁਕਮ ਮੰਨ ਕੇ ਲਾਹੌਰ ਚਲੇ ਗਏ ਵਿਵਾਹ ਸ਼ਾਦੀ ਵੀ ਸ਼ਾਮਿਲ ਹੋਏ ਉਸ ਤੋਂ ਬਾਅਦ ਲਾਹੌਰੀ ਰਿਹਾਇਸ਼ ਕਰ ਲਈ ਸੰਗਤਾਂ ਨੂੰ ਸਦ ਉਪਦੇਸ਼ ਦਾ 2 ਵੇਲੇ ਇਸ ਤਰੀਕੇ ਸਿਰ ਕਾਫੀ ਸਮਾਂ ਗੁਜ਼ਰ ਗਿਆ ਪਰ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ ਬੁਲਾਏ ਬਿਨਾਂ ਨਹੀਂ ਆਉਣਾ ਇਸ ਕਰਕੇ ਆ ਵੀ ਨਹੀਂ ਸਕਦੇ ਭਾਵੇਂ ਅੰਮ੍ਰਿਤਸਰ ਵੀ ਬਹੁਤਾ ਦੂਰ ਨਹੀਂ ਸੀ ਲਾਹੌਰੋਂ ਪਰ ਹੁਕਮ ਸੀ ਬੁਲਾਏ ਬਿਨਾਂ ਨਹੀਂ ਆਉਣਾ ਹੋਏਗਾ ਇਸ ਕਰਕੇ ਉੱਥੇ ਠਹਿਰੇ ਰਹੇ ਜਿਉਂ ਜਿਉਂ ਵਿਯੋਗ ਪੈਂਦਾ ਚਿੱਤ ਵਿੱਚ ਪ੍ਰੇਮ ਦੀ ਜ਼ਿਆਦਾ ਖਿੱਚ ਪੈਂਦੀ ਹੈ ਅਖੀਰ ਚਿੱਤ ਵਿੱਚ ਸੋਚਿਆ ਵੀ ਗੁਰੂ ਅੰਤਰਜਾਮੀ ਹੈ ਸਰਬਗ ਹੈ ਸਮਰੱਥ ਹੈ ਸਭ ਕੁਝ ਜਾਣਦੇ ਹਨ ਫਿਰ ਵੀ ਮਾਨੁਖ ਸਰੀਰ ਧਾਰਨ ਕੀਤਾ ਹੈ ਨਾਟਕ ਵਿੱਚ ਜਿਸਨੇ ਜਿਹਾ ਜਿਹਾ ਸਵੰਗ ਧਾਰਨ ਕੀਤਾ ਵੈਸੇ ਹੀ ਨਿਭਾਇਆ ਕਰਦਾ ਇਸ ਕਰਕੇ ਸਾਰੇ ਕੰਮ ਜਿਹੜੇ ਹਨ ਛੁੱਟੀ ਨਾਲ ਨਹੀਂ ਕਰਿਆ ਕਰਦੇ ਬਿਹਤਰ ਬੇਨਤੀ ਪੱਤਰ ਲਿਖ ਭੇਜੀਏ
ਤੇ ਤਾਕੇ ਬੁਲਾ ਲੈਣ। ਕਿਉਂ ਇੱਕ ਦਿਨ ਆਪ ਜੀ ਨੇ ਕਾਗਜ਼ ਲਿਆ, ਕਾਗਜ਼ ਦੇ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਮੰਗਲੇ ਪਾ ਕੇ ਇੱਕ ਨੰਬਰ ਦੇ ਕੇ ਆਪਣੇ ਮਨ ਦੀ ਅਵਸਥਾ ਨੂੰ ਉਸ ਕਾਗਜ਼ ਦੇ ਉੱਪਰ ਇਉਂ ਜ਼ਾਹਰ ਕਰਦੇ ਨੇ। ਇਹ ਪੱਤਰਿਕਾ ਗੁਰੂ ਰਾਮਦਾਸ ਜੀ ਨੂੰ ਇਉਂ ਲਿਖਦੇ ਹਨ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਦਿਲ ਪੁਕਰੇ ਚਾਤ੍ਰਿਕ ਕੀ ਨਿਆਈ, ਤਿਰਖਾਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉਂ ਖੋਲੀ ਜੀ ਹਉਂ ਖੋਲ ਖੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਹ ਅੱਖਰ ਕਾਗਜ਼ ਦੇ ਉੱਪਰ ਲਿਖੇ ਇਹ ਪੱਤਰਿਕਾ ਇੱਕ ਸਿੱਖ ਨੂੰ ਬੁਲਾ ਕੇ ਉਸਦੇ ਹੱਥ ਫੜਾਈ, ਜਾਓ ਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਇਹ ਪੱਤਰਿਕਾ ਭੇਟ ਕਰੋ, ਜੋ ਹੁਕਮ ਹੋਵੇ ਮੈਨੂੰ ਆ ਕੇ ਦੱਸੋ। ਉਹਨਾਂ ਦਿਨਾਂ ਵਿੱਚ ਗੁਰੂ ਜੀ ਗੋਬਿੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਸਨ। ਥੋੜ੍ਹੀ ਜਿਹੀ ਸੰਗਤ ਰਹਿੰਦੀ ਸੀ, ਕੁਛ ਛੱਪੜੀਆਂ ਸੀ, ਅਜੇ ਸੇਵਾ ਸ਼ੁਰੂ ਸੀ। ਕਦੇ ਗੋਬਿੰਦਵਾਲ ਕਦੇ ਇੱਥੇ ਆ ਜਾਇਆ ਕਰਦੇ ਸਨ। ਸਵਯੰ ਸਿੱਖ ਇਹ ਪੱਤਰਿਕਾ ਲੈ ਕੇ ਲਾਹੌਰੋਂ ਪੈਦਲ ਹੀ ਇੱਧਰ ਨੂੰ ਤੁਰ ਪੈਂਦਾ ਹੈ। ਜਦੋਂ ਉੱਥੇ ਪਹੁੰਚਿਆ ਅੱਗੇ ਕੀ ਦੇਖਿਆ, ਪਿਰਥੀ ਚੰਦ ਜੀ ਸੇਵਾ ਕਰ ਰਹੇ ਹਨ ਔਰ ਸੰਗਤਾਂ ਤੋਂ ਕਰਵਾ ਰਹੇ। ਗੁਰੂ ਕਾ ਪੁੱਤਰ ਜਾਣ ਕੇ ਜੋ ਦਿਸੇ ਗੁਰਸਿੱਖੜਾ ਸਿਮਰੇ ਮਲਾਗੋਂ ਪਾਇਆ ਜੀ, ਉਹ ਆ ਕੇ ਨਮਸਕਾਰ ਕੀਤੀ। ਸੋ ਉਹਨਾਂ ਨੇ ਪੁੱਛਿਆ, ਸੁਣਾਓ ਲਾਹੌਰੋਂ ਆਇਓ, ਕੀ ਹਾਲ ਹੈ ਅਰਜਨ ਦੇਵ ਦਾ, ਛੋਟੇ ਭਰਾ ਦਾ? ਸਿੱਖ ਨੇ ਪੱਤਰਿਕਾ ਕੱਢ ਕੇ ਫੜਾਈ, ਵੀ ਇਹ ਗੁਰੂ ਜੀ ਦੇ ਚਰਣਾਂ ਵਿੱਚ ਪੇਸ਼ ਕੀਤੀ ਹੈ, ਇਹ ਲੈ ਕੇ ਆਇਆ ਹਾਂ। ਪਿਰਥੀ ਚੰਦ ਜੀ ਨੇ ਪੱਤਰਿਕਾ ਪੜ੍ਹੀ, ਇਹ ਅੱਖਰ ਪੜ੍ਹੇ, ਪੜ੍ਹ ਕੇ ਹੈਰਾਨ ਹੋ ਗਿਆ, ਆਸ਼ਚਰਜ ਬਾਤ ਹੈ, ਪਹਿਲੇ ਗੁਰੂਆਂ ਵਾਂਗੂ ਬਾਣੀ ਉਚਾਰਨ ਕਰਨ ਲੱਗ ਪਿਆ, ਐਸਾ ਨਾ ਹੋਵੇ ਗੁਰੂ ਜੀ ਇਸ 'ਤੇ ਪ੍ਰਸੰਨ ਹੋ ਜਾਣ, ਇਹ ਗੁਰਤਕ ਦੀਨ ਦੇਰ ਮੈਂ ਨਾ ਰਹਿ ਜਾਵਾਂ। ਸੋ ਉਹਦੇ ਚਿੱਤ ਵਿੱਚ ਪਿਰਥੀ ਚੰਦ ਦੇ ਖਿਆਲ ਆਇਆ। ਸੋ ਸਿੱਖ ਨੂੰ ਲੰਗਰੋਂ ਪ੍ਰਸ਼ਾਦ ਛਕਾ ਕੇ ਵੈਸੇ ਹੀ ਕਹਿ ਦਿੱਤਾ, ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀ ਹੈ ਅਤੇ ਉਹਨਾਂ ਦਾ ਹੁਕਮ ਹੈ, ਅਜੇ ਠਹਿਰੋ ਉੱਥੇ, ਜਦੋਂ ਹੁਕਮ ਆਏਗਾ ਫਿਰ ਆਉਣਾ। ਸਿੱਖ ਨੇ ਆ ਕੇ ਹੀ ਸ਼੍ਰੀ ਅਰਜਨ ਦੇਵ ਜੀ ਨੂੰ ਜੋ ਪਿਰਥੀ ਚੰਦ ਨੇ ਕਿਹਾ ਬਚਨ ਕਹਿ ਦਿੱਤੇ। ਕੁਛ ਦੇਰ ਹੋਰ ਉਡੀਕਿਆ, ਕੋਈ ਹੁਕਮਨਾਮਾ ਨਹੀਂ ਆਇਆ। ਸੋ ਬਰਸਾਤ ਦਾ ਮੌਸਮ ਵੀ ਆ ਗਿਆ। ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਹੁੰਦੀਆਂ, 12 ਮਹੀਨੇ ਹੁੰਦੇ ਹਨ, 2-2 ਮਹੀਨੇ ਦੀ ਇੱਕ ਰੁੱਤ ਮੰਨੀ ਹੈ। ਸਾਉਣ ਭਾਦੋਂ ਦੇ ਮਹੀਨੇ ਨੂੰ ਚੁਮਾਸਾ ਜਾਂ ਬਰਸਾਤ ਦੀ ਰੁੱਤ ਕਹਿੰਦੇ ਹਨ। ਇਸ ਰੁੱਤ ਦੇ ਵਿੱਚ ਬਹੁਤ ਸਾਰੇ ਬੱਦਲ ਬੱਦਲ ਹੁੰਦੇ ਹੈ, ਬਾਰਿਸ਼ਾਂ ਪੈਂਦੀਆਂ ਹਨ। ਸੋ ਇਸ ਮੌਸਮ ਦੇ ਵਿੱਚ ਬ੍ਰਹਿ ਪੁਰਸ਼ ਨੂੰ ਬਹੁਤ ਖੇਦ ਹੋਇਆ ਕਰੋ ਉਹਦੇ ਚਿੱਤ ਨੂੰ। ਖੈਰ ਕੁਛ ਦਿਨ ਉਡੀਕ ਕੇ ਵੀ ਅਜੇ ਹੁਕਮਨਾਮਾ ਨਹੀਂ ਆਇਆ,
ਫਿਰ ਕਾਗਜ਼ ਲੈਂਦੇ ਹਨ, ਦੌੜ ਦਿੰਦੇ ਹਨ ਉਸਦੇ ਉੱਪਰ, ਆਪਣੇ ਮਨ ਦੀ ਅਵਸਥਾ ਨੂੰ ਉਸ ਕਾਗਜ਼ ਦੇ ਉੱਪਰ ਇਉਂ ਅੱਖਰਾਂ ਦੁਆਰਾ ਜ਼ਾਹਰ ਕਰਦੇ ਹਨ। ਤੇਰਾ ਮੁਖੜਾ ਸੁਹਾਵਾ ਸੱਚੇ ਪਾਤਸ਼ਾਹ ਸਹਿਜ ਧੁਨ ਤੇਰੀ ਬਾਣੀ ਹੈ, ਮੁਖੜਾ ਸੁਹਾਵਾ ਸੱਚੇ ਪਾਤਸ਼ਾਹ ਸਹਿਜ ਧੁਨ ਤੇਰੀ ਬਾਣੀ ਹੈ, ਪੱਤਰਕਾਸ਼ੀ। ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰਿੰਗ ਪਾਣੀ, ਤਨ ਸੁਦੇਸ਼ ਜਾਂ ਤੂੰ ਵਸਿਆ, ਮੇਰੇ ਸਾਜਨ ਮੀਤ ਮੁਰਾਰੇ ਜੀਓ, ਹਉਂ ਖੋਲੀ ਜੀ ਹਉਂ ਖੋਲ ਘੁਮਾਈ, ਗੁਰੂ ਸਾਜਨ ਮੀਤ ਮੁਰਾਰੇ ਜੀਓ। ਇਹ ਅੱਖਰ ਲਿਖ ਕੇ ਫਿਰ ਇਹ ਪੱਤਰਕਾ ਉਸੀ ਸਿੱਖ ਨੂੰ ਜੋ ਪਹਿਲੇ ਲੈ ਕੇ ਗਿਆ ਸੀ ਬੁਲਾਇਆ ਅਤੇ ਉਸਨੂੰ ਕਿਹਾ, ਇਹ ਪੱਤਰਕਾ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਭੇਟ ਕਰੋ, ਜੋ ਹੁਕਮਨਾਮ ਹੋਵੇ ਮੈਨੂੰ ਆ ਕੇ ਦੱਸੋ। ਫਿਰ ਸਿੱਖ ਜਾਂਦਾ। ਉਸੀ ਤਰ੍ਹਾਂ ਪ੍ਰਿਥੀ ਚੰਦ ਜੀ ਫਿਰ ਮਿਲ ਜਾਂਦੇ, ਦੂਜੀ ਪੱਤਰਿਕਾ ਲੈ ਕੇ ਫਿਰ ਪੜ੍ਹੀ, ਫਿਰ ਹੋਰ ਜ਼ਿਆਦਾ ਸ਼ੱਕ ਪੈਦਾ ਹੋ ਗਿਆ ਪ੍ਰਿਥੀ ਚੰਦ ਨੂੰ, ਵੀ ਇਹ ਤਾਂ ਪਹਿਲੇ ਗੁਰੂਆਂ ਨੂੰ ਬਾਣੀ ਉਚਾਰਨ ਕਰਨ ਲੱਗ ਪਿਆ, ਜ਼ਰੂਰ ਇਸ 'ਤੇ ਪ੍ਰਸੰਨ ਹੋ ਜਾਣਗੇ ਗੁਰੂ ਜੀ। ਸਿੱਖ ਨੂੰ ਲੰਗਰ ਪ੍ਰਸ਼ਾਦ ਛਕਾ ਕੇ ਵਾਪਸ ਕਰ ਦਿੱਤਾ। ਇਹ ਲਫ਼ਜ਼ ਕਹਿ ਦਿੱਤੇ, ਕਹਿ ਦਿਓ ਅਰਜਨ ਦੇਵ ਨੂੰ ਅਜੇ ਉੱਥੇ ਠਹਿਰੇ, ਹੁਕਮਨਾਮਾ ਆਉਣ ਤੱਕ ਇੱਧਰ ਨਾ ਆਉਣ। ਖੈਰ ਸਿੱਖ ਨੇ ਜਾ ਕੇ ਲਫ਼ਜ਼ ਕਹਿ ਦਿੱਤੇ। ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਨਾ ਪਹਿਲੀ ਨਾ ਇਹ ਦੋਵੇਂ ਪੇਸ਼ ਨਹੀਂ ਕੀਤੀਆਂ। ਕੁਛ ਦਿਨ ਗੁਜ਼ਰੇ, ਬਰਸਾਤ ਦਾ ਮੌਸਮ, ਇਸ ਮੌਸਮ ਦੇ ਵਿੱਚ ਸਾਵਣ ਸਰਸਮਨਾ ਖਨਵਰ ਸਿਰ ਉੱਤੇ ਆਏ,
ਮੈਂ ਮਨ ਤਨ ਸ਼ੋ ਪਾਵੇ ਫਿਰ ਪਰਦੇਸ ਸਧਾਏ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਮਨ ਚਮਕ ਡਰਾਏ ਹਰ ਵੀ ਨੀਂਦ ਭੁੱਖ ਕਹੋ ਕੈਸੀ ਕਾਪਰ ਤਨ ਸੁਖਾਏ ਇਤਿਆਦ ਇਹੀ ਜਿਹੀ ਅਵਸਥਾ ਬਿਰੀ ਪੁਰਸ਼ ਦੇ ਚਿੱਤ ਵਿੱਚ ਇਹ ਨਿਸ਼ਾਨੀਆਂ ਕਰ ਜਾਂਦੀ ਇੱਕ ਮੁਸਲਮਾਨ ਫਕੀਰ ਆਪਣੇ ਮੁਰੀਦ ਨੂੰ ਕਹਿੰਦਾ ਹੈ ਐ ਬੇਟਾ ਆਸ਼ਕਾਂ ਦਾ ਨਵ ਨਿਸ਼ਾਨੀ ਹੈ ਫਿਸ਼ਰ ਰੰਗ ਜ਼ਰਦੋ ਆਹ ਸਰਦੋ ਚਸ਼ਮਤ ਕੰਮ ਖੁਰਦਨੋ ਕੰਮ ਗੁਫਤਨੋ ਖਾਬਿਸ਼ ਰਾਂ ਇੰਤਜ਼ਾਰੀ ਬੇਕਰਾਰੀ ਦਸ਼ਤ ਸ਼ਰ ਉਹ ਫਕੀਰ ਆਪਣੇ ਮੁਰੀਦ ਨੂੰ ਕਹਿੰਦਾ ਬੇਟਾ ਜੋ ਬ੍ਰਹਿ ਪੁਰਸ਼ਨ ਪ੍ਰਭੂ ਖੁਦਾ ਦੇ ਉਹਨਾਂ ਦੇ ਚਿੱਤ ਵਿੱਚ ਇਹ ਨੌ ਨਿਸ਼ਾਨੀਆਂ ਘੱਟ ਜਾਇਆ ਕਰਦੀਆਂ ਆਸ਼ਕਾਂ ਰਾ ਨਵ ਨਿਸ਼ਾਨੀ ਐ ਪਿਸ਼ਰ ਰੰਗ ਜ਼ਰਦੋ ਆਹ ਸਰਦੋ ਚਸ਼ਮਤ ਰੰਗ ਪੀਲਾ ਪੈ ਜਾਣਾ ਚਿਹਰੇ ਦਾ ਆਹ ਸਰਦੋ ਠੰਡੀਆਂ ਆਉਣੀਆਂ ਚਸ਼ਮਤ ਅੱਖਾਂ 'ਚ ਪਾਣੀ ਭਰਿਆ ਰਹਿਣਾ ਕੰਮ ਖੁਰਦਨੋ ਕੰਮ ਗੁਫਤਨੋ ਖਾਬਿਸ਼ ਰਾਮ ਨੀਂਦ ਘੱਟ ਜਾਣੀ ਭੁੱਖ ਘੱਟ ਜਾਣੀ ਬੋਲ ਚਾਲ ਵੀ ਘੱਟ ਜਾਣੀ ਛੇ ਗੱਲਾਂ ਇੰਤਜ਼ਾਰੀ ਬੇਕਰਾਰੀ ਦਸਤੇ ਸਰ ਉਡੀਕ ਰਹਿਣੀ ਚਿੱਤ ਵਿੱਚ ਬੇਕਰਾਰ ਰਹਿਣਾ ਚਿੱਤ ਨੇ ਔਰ ਆਪਣਾ ਹੱਥ ਸਿਰ 'ਤੇ ਰੱਖ ਕੇ ਬੈਠੇ ਰਹਿਣ ਇਹ ਨੌ ਨਿਸ਼ਾਨੀਆਂ ਹਨ ਪ੍ਰਭੂ ਖੁਦਾ ਦੇ ਵਿਯੋਗ ਦੇ ਜਿਹੜੇ ਪ੍ਰੇਮੀ ਹਨ ਉਹਨਾਂ ਦੇ ਚਿੱਤ ਵਿੱਚ ਘੱਟ ਜਾਂਦੀਆਂ ਹਨ ਕਦੇ ਕਬੀਰ ਜੀ ਨੇ ਇੱਕ ਥਾਂ ਦੱਸਿਆ ਨਾ ਬਿਹੋ ਭਯੰਗਮ ਮਨ ਵਸੈ ਮੰਤ ਨ ਮਾਨੇ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਜਾਂ ਤਾਂ ਰੱਬ ਦਾ ਵਿਯੋਗੀ ਜਿਉਂਦਾ ਨਹੀਂ ਜੇ ਜਿਉਂਦਾ ਤਾਂ ਬੋਲਾ ਹੁੰਦਾ ਕਮਲਾ ਹੋ ਜਾਂਦਾ ਦੁਨੀਆਂ ਵੱਲੋਂ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਭੇਦ ਮੰਨਿਆ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰ ਪਰਮੇਸ਼ੁਰ ਏ ਕੋ ਜਾਂ ਜੋ ਤਿਸ ਪਾਵੇ ਸੋ ਪ੍ਰਵਾਨ ਇਉਂ ਸ਼੍ਰੀ ਅਰਜਨ ਦੇਵ ਜੀ ਦੇ ਚਿੱਤ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਯੋਗ ਕਈ ਮਹੀਨੇ ਹੋ ਗਏ ਦੀਦਾਰ ਕੀਤੇ ਹਾਂ ਤੋ ਪੱਤਰਿਕਾ ਭਾਵੇਂ ਨਹੀਂ ਪਤਾ ਵੀ ਪ੍ਰਿਥੀ ਚੰਦ ਨੇ ਉਹਨਾਂ ਨੂੰ ਲੁਕੋ ਛੱਡਿਆ ਹੋਇਆ ਹੈ ਪਰ ਚਿੱਤ ਵਿੱਚ ਖਿਆਲ ਹੈ ਵੀ ਪਤਾ ਨਹੀਂ ਕੀ ਕਾਰਨ ਹੈ ਸ਼ਾਇਦ ਮੇਰੇ 'ਤੇ ਕੁਛ ਨਾਰਾਜ਼ਗੀ ਹੈ ਕਿਉਂ ਨਹੀਂ ਬੁਲਾਇਆ ਸੋ ਖੈਰ ਮੌਸਮ ਬਰਸਾਤ ਦਾ ਮੀਂਹ ਪੈਂਦੇ ਹਨ ਕਦੇ ਕਦੇ ਬੰਦ ਹੋ ਜਾਂਦੇ ਹਨ ਆਸਮਾਨ ਦੇ ਵਿੱਚ ਕਾਲੀਆਂ ਘਟਾਂ ਫਿਰਦੀਆਂ ਹਨ ਬਿਜਲੀ ਲਸ਼ਕਦੀ ਹੈ ਬੱਦਲਾਂ ਦੀ ਗੜਗੜ ਪੈਂਦੀ ਹੈ ਇਹੋ ਜਿਹੀ ਅਵਸਥਾ ਦੇ ਵਿੱਚ ਬ੍ਰਹਿ ਪੁਰਸ਼ ਦੇ ਮਨ ਨੂੰ ਬੜਾ ਖੇਦ ਹੁੰਦਾ ਹੈ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਚਿਹਰਾ ਪੀਲਾ ਪੈ ਕੇ ਅੱਖਾਂ ਤਰ ਰਹਿੰਦੀਆਂ ਹਨ ਭੁੱਖ
ਘਟ ਗਈ ਨਹੀਂ ਘਟ ਗਈ, ਉਹ ਸਾਰੀਆਂ ਨੌ ਨਿਸ਼ਾਨੀਆਂ ਆਪ ਜੀ ਨੇ ਘਟ ਗਈਆਂ। ਅਜੇ ਰਾਤ ਨੂੰ ਜਦੋਂ ਬਿਲਕੁਲ ਨੀਂਦ ਨਹੀਂ ਪਈ, ਆਪ ਜੀ ਨੇ ਉਸੀ ਵਕਤ ਉੱਠ ਕੇ ਕਾਗਜ਼ ਲਿਆ, ਕਾਗਜ਼ ਦੇ ਉੱਪਰ ਤਿੰਨ ਨੰਬਰ ਦਿੱਤਾ, ਉਸ ਕਾਗਜ਼ ਦੇ ਉੱਪਰ ਆਪਣੇ ਮਨ ਦੀ ਅਵਸਥਾ ਨੂੰ ਇਹਨਾਂ ਅੱਖਰਾਂ ਦੁਆਰਾ ਇਉਂ ਪ੍ਰਗਟ ਕਰਨਾ ਸ਼ੁਰੂ ਕੀਤਾ। ਇੱਕ ਖੜੀ ਨਾ ਮਿਲਦੇ ਜੀ, ਕਲ ਯੁੱਗ ਹੁੰਦਾ, ਕਲ ਯੁੱਗ ਹੁੰਦਾ, ਖੜੀ ਨਾ ਮਿਲਦੇ, ਕਲ ਯੁੱਗ ਹੁੰਦਾ, ਕਲ ਯੁੱਗ ਹੁੰਦਾ। ਕਲ ਯੁਗ ਹੋਤਾ, ਹੁਣ ਕਦ ਮਿਲੇ ਪੈ ਤੁਰ ਭਗਵੰਤਾ, ਮੋਇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਇਸੀ ਅਵਸਥਾ ਨੂੰ ਮੋਇ ਰਹਿਣ ਨਾ ਵਿਹਾਵੇ, ਨਾ ਆਵੇ ਨੀਂਦ ਨਾ ਆਵੇ, you
ਆਵੇ ਨੀਂਦ ਨਹੀਂ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ ਹੋਂ ਖੋਲੀ ਜੀਹੋਂ ਖੋਲ ਖਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਇਹ ਅੱਖਰ ਕਾਗਜ਼ ਦੇ ਉੱਪਰ ਲਿਖ ਕੇ ਤੁਸੀਂ ਸਿੱਖ ਨੂੰ ਫਿਰ ਬੁਲਾਇਆ ਅਤੇ ਹੁਣ ਖਾਸ ਤਾਕੀਦ ਕੀਤੀ ਕਿਉਂਕਿ ਸ਼ੱਕ ਪੈ ਗਿਆ ਇਹ ਦੋ ਪੱਤਰਕਾਰ ਪ੍ਰਿਥੀ ਚੰਦ ਨੇ ਸ਼ਾਇਦ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਨਹੀਂ ਕੀਤੀ ਇਸੀ ਕਰਕੇ ਨਹੀਂ ਬੁਲਾਇਆ ਭਾਵੇਂ ਅੰਤਰਜਾਮੀ ਸਰਬੱਗ ਹਨ ਫਿਰ ਵੀ ਮਾਨੁੱਖ ਸਰੀਰ ਧਾਰਨ ਕਰਕੇ ਮਨੁੱਖੀ ਲੀਲਾ ਕਰਦੇ ਸਹੀਓ ਉਸ ਨੂੰ ਤਾਕੀਦ ਕੀਤੀ ਵੀ ਇਹ ਪੱਤਰਕਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਸ਼ ਕਰਨੀ ਪ੍ਰਿਥੀ ਚੰਦ ਭਾਵੇਂ ਮੰਗੇ ਵੀ ਉਸਨੂੰ ਨਾ ਦੇਣਾ ਉਸਨੂੰ ਪੱਕਾ ਕਰ ਦਿੱਤਾ ਐਰ ਸਿੱਖ ਆਇਆ ਇਸੀ ਤਰ੍ਹਾਂ ਹੌਲੀ ਹੌਲੀ ਪ੍ਰਿਥੀ ਚੰਦ ਜਿੱਥੇ ਸੇਵਾ ਕਰਾਉਂਦੇ ਸੀ ਉੱਧਰ ਗਿਆ ਹੀ ਨਹੀਂ ਹੋਰ ਪਾਸੇ ਵੀ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਉਹ ਪੱਤਰਿਕਾ ਪੇਸ਼ ਕਰ ਦਿੱਤੀ ਪੱਤਰਿਕਾ ਪੜ੍ਹੀ ਉਸੀ ਵਕਤ ਹੁਕਮ ਕੀਤਾ ਪੰਜ ਸਿੱਖ ਭਾਈ ਬੁੱਢੇ ਆਦਿ ਮੁਖੀ ਮੁਖੀ ਸਿੱਖਾਂ ਨੂੰ ਬੁਲਾਇਆ ਜਾਓ ਲਾਹੌਰ ਅਰਜਨ ਦੇਵ ਨੂੰ ਬੁਲਾ ਲਿਆ ਸਤਿਕਾਰ ਨਾਲ ਲਾਇਆ ਉਹ ਜਾ ਕੇ ਪਹੁੰਚੇ ਇੱਕ ਰਾਤ ਕੱਟੀ ਦੂਸਰੇ ਦਿਨ ਸਵੇਰੇ ਉੱਥੋਂ ਚਾਲੇ ਪਾ ਦਿੱਤੇ ਇੱਧਰ ਤੀਸਰੇ ਪਹਿਰ ਸਾਹਿਬ ਗੁਰੂ ਰਾਮਦਾਸ ਜੀ ਦਾ ਰੂਹਾਨੀ ਦਰਬਾਰ ਸਜਿਆ ਸੀ ਬਹੁਤ ਸਾਰੀ ਸੰਗਤ ਹਜ਼ੂਰੀ ਵਿੱਚ ਬੈਠੀ ਨੇਤਰਾਂ ਕਰਕੇ ਹੀ ਦੀਦਾਰ ਕਰ ਰਹੀ ਸੀ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ ਗਰਦਨ ਭਾਵੇਂ ਮੁੜਕ ਜਾਏ ਦੀਦਾਰ ਕਰਨੋਂ ਨਹੀਂ ਹਟਦੇ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਪ੍ਰੇਮੀ ਵਿੱਚ ਸਜੇ ਬੈਠੇ ਹਨ ਇਉਂ ਮਾਨੋ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ ਇੱਥੇ ਸੁੱਖ ਸ਼ਾਂਤੀ ਸਮਾਂ ਗੁਜ਼ਰਦਾ ਹੈ ਇਸਦਾ ਫਲ ਸਰੀਰ ਦੀ ਆਯੂ ਪੂਰੀ ਹੋਣ ਤੋਂ ਬਾਅਦ ਇਉਂ ਦੱਸਿਆ ਹੈ ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਰਸਤਿਆਂ ਦਰਗੇ ਮਿਲਦਾ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਰਸਤਿਆਂ ਕੋਈ ਜੀਵਨ ਹੈ ਭਗਤਾਂ ਦੀ ਗਤੀ ਇੱਥੇ ਦਰਸਾਉਂਦੇ ਹਨ ਅੰਤਰ ਗੁਰੂ ਅਰਾਧਨਾ ਜੇ ਬਾ ਜਪ ਗੁਰਨਾ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਇੱਥੇ ਬੈਕੁੰਠ ਵਰਗਾ ਆਨੰਦ ਸਤਸੰਗ ਵਿੱਚ ਹਰੀ ਜਸ ਵਿੱਚ ਬਿਰਤੀ ਲੀਨ ਕੀਤੀਆਂ ਬੈਕੁੰਠ ਜੈਸਾ ਹੀ ਆਨੰਦ ਕਹਿਤ ਕਬੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਤਾਂ ਬੈਕੁੰਠ ਜਹਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਇ ਬਿਰਤੀ ਟਿਕਾਓ ਬੈਕੁੰਠ ਜੈਸਾ ਹੀ ਸ਼ਾਂਤ ਰਸ ਭਜਨ ਆਨੰਦ ਹੈ ਸਵਈਓ ਬੇਅੰਤ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੈਠੀ ਮਨ ਦੂਸਰਾ
ਵੈਕੁੰਠੀ ਇਹ ਦੁਨੀਆਂ ਵੇਖਿਆ। ਹੁਣ ਸ਼੍ਰੀ ਅਰਜਨ ਦੇਵ ਜੀ ਨੂੰ ਹੋਰ ਬਹੁਤ ਸਾਰੀ ਸਿੱਖ ਸੰਗਤ ਹੈ ਲਾਹੌਰ ਦੀ, ਭਾਈ ਬੁੱਢਾ ਆਦਮੁਖੀ ਮੁਖੀ ਸਿੱਖ, ਉੱਥੋਂ ਚੱਲ ਕੇ ਸਵੇਰੇ ਹੁਣ ਤੀਸਰੇ ਪੈਰ ਅੰਮ੍ਰਿਤਸਰ ਆ ਪਹੁੰਚਦੇ ਹਨ ਗੁਰੂ ਕਾ ਦਰਬਾਰ ਲੱਗੇ, ਜਿੱਥੋਂ ਸ਼ੁਰੂ ਹੁੰਦਾ ਦਰਬਾਰ। ਪਹਿਲੇ ਉੱਥੇ ਆ ਕੇ ਅਸ਼ਟਾਂਗ ਦੰਡਵਤ ਕੀਤੀ ਸ਼੍ਰੀ ਅਰਜਨ ਦੇਵ ਜੀ ਨੇ, ਦੂਰਾਂ ਹੀ ਗੁਰੂ ਜੀ ਨੇ ਖੜਕੇ ਗਲ ਵਿੱਚ ਪੱਲਾ ਪਾ ਕੇ ਉੱਥੇ ਇੱਕ ਸ਼ਬਦ ਇਉਂ ਪੜਿਆ, ਬੋਲੇ ਭਾਈ ਜਿੱਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਗੁਰਾ, ਸਵੇਲਾ ਜਿੱਤ ਦਰਸ਼ਨ ਕਰਨਾ। ਹਮ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪਰਮ ਮੇਰੇ, ਮਨ ਜੀਵੈ ਹਰ ਨਾਮ ਚ ਤੇਰੇ, ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ, ਸਚ ਹੁਕਮ ਤੁਮਾਰਾ ਤਖ਼ਤ ਨਿਵਾਸੀ, ਆਏ ਨਾ ਜਾਏ ਮੇਰਾ ਪਰਮ ਵਿਨਾਸ਼ੀ, ਤੂੰ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਹਰ ਪੁਰ ਲੀਨਾ। ਜਿੱਤ ਦਰਸ਼ਨ ਕਰਨਾ ਜੀ ਧਨ ਸੁਵੇਲਾ, ਧਨ ਸੁਵੇਲਾ ਦਰਸ਼ਨ ਕਰਨਾ, ਧਨ ਸੁਵੇਲਾ ਧਨ ਸੁਵੇਲਾ। ਸ਼ੁਰੂ ਹੁੰਦਾ ਸੀ ਉੱਥੇ ਖਲੋ ਕੇ ਸਾਰੀ ਸੰਗਤ ਨੇ ਦੂਰੋਂ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਇਹ ਸ਼ਬਦ ਉਚਾਰਨ ਕੀਤਾ, ਪੜੇ ਅੱਗੇ ਵਧੇ, ਅੱਗੇ ਆ ਕੇ ਹਜ਼ੂਰ ਦੇ ਚਰਨਾਂ ਪਾ ਸਾਰਿਆਂ ਨੇ ਆਪਣੀਆਂ ਭੇਟਾਂ ਵਗੈਰਾ ਰੱਖੀਆਂ, ਔਰ ਸ਼੍ਰੀ ਅਰਜਨ ਦੇਵ ਜੀ ਨੇ ਅਸ਼ਟੰਗ ਦੰਡਵਤ ਕਰਕੇ ਗਲ ਵਿੱਚ ਪੱਲਾ ਪਾ ਕੇ ਉਸ ਮੌਕੇ ਅੱਖਾਂ ਦੇ ਵਿੱਚ ਪਾਣੀ ਛਲਕਦਿਆਂ ਕੰਠ ਗਦਗਦ ਹੁੰਦਿਆਂ ਰੋਮਾਂਚ ਹੁੰਦਿਆਂ ਇਉਂ ਗੁਰੂ ਜੀ ਦੇ ਸਨਮੁਖ ਸ਼ਬਦ ਪੜ੍ਹਨਾ ਕੀਤਾ। ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ, ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ, ਸਤਿ ਸ਼੍ਰੀ ਅਕਾਲ।
ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨਤੀ ਸੁਣੋ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸ਼ਾਦ ਕਿਨ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੋਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਰਤਾ ਤਿੰਨ ਕਿਸਮ ਦੇ ਸਿੱਖ ਦੇ ਮੁਰੀਦ ਮੁਰੀ ਦੇ ਸਾਧਕ ਮੁਰੀ ਦੇ ਫਿਦਾਈ ਸਿੱਖ ਸਨਮੁਖ ਸਿੱਖ ਗੁਰਮੁਖ ਸਿੱਖ ਜਿਹੜੇ ਮਰਜੀਵੜੇ ਹਨ ਉਹਨਾਂ ਨੂੰ ਗੁਰਬਾਣੀ ਨਾਮ ਗੁਰੂ ਸਰੂਪ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਉਹਨਾਂ ਦਾ ਜੀਵਨ ਗੁਰੂ ਸਰੂਪ ਦੇ ਵਿੱਚ ਲਿਵਲੀਨ ਹੋਣਾ ਨਾਮ ਦੇ ਸਿਮਰਨ ਦੇ ਵਿੱਚ ਬਿਰਤੀ ਦਾ ਲਿਵਲੀਨ ਕਰਨਾ ਔਰ ਬਾਣੀ ਦੇ ਵਿੱਚ ਬਿਰਤੀ ਨੂੰ ਲਗਾਉਣਾ ਸਵਯੋਂ ਗੁਰੂ ਪਰਮੇਸ਼ਰ ਨੂੰ ਅਭੇਦ ਮੰਨਦੇ ਹੋ ਐਸਾ ਸ਼ਬਦ ਉਚਾਰਨ ਕੀਤਾ ਖੈਰ ਗੁਰੂ ਰਾਮਦਾਸ ਜੀ ਨੇ ਆਪਣੇ ਪਾਸ ਬਿਠਾਇਆ ਉਸ ਲਖੇਮ ਪੁੱਛੀ ਇਸ ਮੌਕੇ ਇਹ ਗੱਲ ਪੁੱਛੀ ਪੁੱਤਰ ਜੀਓ ਜੋ ਪੱਤਰਿਕਾ ਪਹੁੰਚੀ ਹੈ ਉਸਦੇ ਉੱਪਰ ਤਿੰਨ ਨੰਬਰ ਕੀਆ ਲਿਖਣ ਦਾ ਕੀ ਮਤਲਬ ਸੀ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਸੀ ਰਜਨ ਦੇਵ ਜੀ ਨੇ ਗਰੀਬ ਨਵਾਜ ਆਪ ਅੰਤਰਜਾਮੀ ਸਰਵਗ ਆਪ ਤੋਂ ਕੋਈ ਚੀਜ਼ ਭੁੱਲੀ ਨਹੀਂ ਹੋਈ ਇਹ ਤੀਸਰਾ ਪੱਤਰ ਹਜ਼ੂਰ ਦੇ ਚਰਨਾਂ ਵਿੱਚ ਭੇਟ ਕੀਤਾ ਇਸ ਤੋਂ ਪਹਿਲੇ ਦੋ ਇੱਕ ਅਤੇ ਦੋ ਨੰਬਰ ਦੇ ਕੇ ਭੇਜੇ ਸੀ ਉਹ ਤਾਂ ਨਹੀਂ ਮਿਲੇ ਸਾਨੂੰ ਸਿੱਖ ਨਾਲ ਸੀ ਉਹ ਉੱਠ ਕੇ ਖੜਾ ਹੋ ਗਿਆ ਕਹਿਣਗੇ ਗਰੀਬ ਨਵਾਜ ਮੈਂ ਬਾਬੇ ਕੀਰਤੀ ਚੰਦ ਨੂੰ ਦੇ ਗਿਆ ਸੀ ਦੋਵੇਂ ਉਹਨਾਂ ਮੈਨੂੰ ਕਿਹਾ ਵੀ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੇ ਹਨ ਹੁਕਮ ਹੈ ਅਜੇ ਕਹਿ ਦਿਉ ਅਰਜਨ ਦੇਵ ਨੂੰ ਉੱਥੇ ਰਹੇ ਲਾਹੌਰ ਕੀਰਤੀ ਚੰਦ ਨੂੰ ਬੁਲਾਓ ਬਈ ਭਾਦੋਂ ਦੇ ਦਿਨ ਸਨ ਆਹੀ ਮਹੀਨਾ ਆਉਂਦਾ ਸੂ ਚੜ ਗਿਆ ਉਹਨਾਂ ਦਿਨਾਂ 'ਚ ਜੇ ਕੁਝ ਦਿਨ ਅੱਗੇ ਪਿੱਛੇ ਹੋ ਜਾਂਦੀਆਂ ਤਿੱਥਾਂ ਦੇ ਹਿਸਾਬ ਸਵਯੋਂ ਕੀਰਤੀ ਚੰਦ ਨੂੰ ਬੁਲਾਇਆ ਤੀਸਰਾ ਪੈਰ ਸੀ ਬਾਹਰ ਇਸ਼ਨਾਨ ਕਰਨ ਵਾਸਤੇ ਉਹਦੇ ਬੁੰਗੇ ਭੇਜੇ ਆ ਕੀਰਤੀ ਚੰਦ ਨੂੰ ਬੁਲਾਓ ਬਾਹਰ ਇਸ਼ਨਾਨ ਕਰਨ ਵਾਸਤੇ ਗਏ ਸੀ ਅਤੇ ਘਰ ਉਸਦੇ ਘਰੋਂ ਕਰਮ ਸੀ ਉਹਨੇ ਕਿਹਾ ਗੁਰੂ ਜੀ ਯਾਦ ਕਰਦੇ ਨੇ ਉਹਨੇ ਕਿਹਾ ਇਸ਼ਨਾਨ ਕਰਨ ਗਏ ਆਉਂਦੇ ਨੇ ਮੈਂ ਹੁਣੇ ਪ੍ਰਾਰਥਨਾ ਕਰਦੇ ਹਾਂ ਸਿੱਖ ਆ ਗਿਆ ਇਸ਼ਨਾਨ ਕਰਕੇ ਕੀਰਤੀ ਚੰਦ ਜੀ ਆਇਆ ਉਹਨਾਂ ਨੂੰ ਕਹਿ ਦਿੱਤਾ ਕਰਮਾਂ ਨੇ ਵੀ ਤੁਹਾਨੂੰ ਗੁਰੂ ਜੀ ਯਾਦ ਕਰਦੇ ਹਾਂ ਉਸੀ ਮੌਕੇ ਕੀਰਤੀ ਚੰਦ ਗੁਰੂ ਜੀ ਦੇ ਚਰਨਾਂ ਵਿੱਚ ਪਰੇ ਦਰਬਾਰ ਵਿੱਚ ਹਾਜ਼ਰ ਹੋਇਆ ਨਮਸਕਾਰ ਕੀਤੀ ਅੱਗੇ ਜਾ ਕੇ ਕੀ ਦੇਖਿਆ ਛੋਟੇ ਭਰਾ ਤਾਂ ਬੈਠੇ ਬਸ ਵਿੱਚ ਹੀ ਪਰਸਪਰ ਨਮਸਕਾਰ ਕੀਤੀ ਬਸ ਲਿਖੇ ਪੁੱਛਿਆ ਬੈਠ ਕੇ ਗੁਰੂ ਰਾਮਦਾਸ ਜੀ ਨੇ ਪੁੱਛਿਆ ਭਾਈ ਕੀਰਤੀ ਚੰਦ ਦੋ ਪੱਤਰਿਕਾ ਜੋ ਤੈਨੂੰ ਇਹ ਸਿੱਖ ਦੇ ਗਿਆ ਜਿੰਦੇ ਵੀ ਉਹ ਕਿੱਥੇ ਦਿਖਾ ਖੰਦਰਾ ਕੀਰਤੀ ਚੰਦ ਸਾਫ਼ ਹੀ ਮੁੱਕਰ ਜਾਂਦਾ ਕਹਿਣਗੇ ਮੈਨੂੰ ਤਾਂ ਕੋਈ ਨਹੀਂ ਦੇ ਗਿਆ ਮਹਾਰਾਜ ਹਾਲਾਂਕਿ ਜਾਣਦਾ ਹੈ ਗੁਰੂ ਅੰਤਰਜਾਮੀ ਹੈ ਸਰਵਗ ਹੈ ਹਰ ਤਰੀਕੇ ਸਿਰ ਕੱਟ ਕੱਟ ਕੇ ਅੰਤਰ ਕੀ ਜਾਣਤ ਫਲੇ ਬੁਰੇ ਕੀ ਪੀਰ ਪਛਾਣਤ ਪਰ ਜੇ ਤਾਂ ਆਪਣਾ ਮਨ ਮੈਲਾ ਹੁੰਦਾ ਇਹ ਸਾਰੀਆਂ ਗੱਲਾਂ ਭੁੱਲ ਜਾਇਆ ਕਰਦਾ ਇਨਸਾਨ ਸਵਯੋਂ ਕਹਿਣਗਾ ਮੈਨੂੰ ਤਾਂ ਕੋਈ ਨਹੀਂ ਦੇ ਗਿਆ ਸਿੱਖੜਾ ਕਹਿਣਗਾ ਮੈਂ ਤੁਹਾਨੂੰ ਇੱਕ ਪੁਰਾਣੇ ਥਾਂ ਇੱਕ ਪੁਰਾਣੇ ਥਾਂ ਦੇ ਗਿਆ ਤੁਸੀਂ ਮੈਨੂੰ ਲੰਗਰ ਪ੍ਰਸ਼ਾਦ ਛਕਾ ਕੇ ਕਿਹਾ ਅਰਜਨ ਦੇਵ ਜੀ ਨੂੰ ਕਹਿ ਦਿਉ ਉੱਥੇ ਠਹਿਰਨ ਮੈਂ ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀਆਂ ਹਨ
ਪ੍ਰਿਥੀ ਚੰਦ ਕਹਿੰਦਾ ਐਵੇਂ ਝੂਠ ਬੋਲਦਾ ਸੁੱਖ। ਗੁਰੂ ਜੀ ਕਹਿਣ ਲੱਗੇ ਭਾਈ ਘਬਰਾਉਣਾ ਕਿਵੇਂ ਪ੍ਰਿਥੀ ਚੰਦ, ਪੱਤਰਕਾਰੀ ਹਨ, ਕਾਗਜ਼ਾਂ ਦੇ ਦੋ ਟੁਕੜੇ ਹਨ, ਕਿਆ ਬਾਤ ਹੈ, ਉਹਦੇ ਅੱਖਰ ਹੀ ਦੇਖਣੇ, ਹੋਰ ਕੁਛ ਗੱਲ ਨਹੀਂ। ਉੱਕਰ ਗਿਆ ਅਖੀਰ ਗੁਰੂ ਜੀ ਅੰਤਰਜਾਮੀ ਸਰਬਕਸ਼ ਨੇ ਇੱਕ ਸਿੱਖ ਨੂੰ ਕਿਹਾ ਹੌਲੀ ਦੇ ਕੇ ਜਾ, ਕਰਮਾਂ ਨੂੰ ਕਹਿ ਫਲਾਣਾ ਜਾਂ ਮੈਦਾ ਦੇ ਦੇ ਜਿਹਦੇ ਜੀਵ ਵਿੱਚ ਪਈਆਂ ਸਨ। ਉਹ ਲੈ ਆਉਂਦਾ ਇਕੱਠਾ ਕਰਕੇ, ਗੁਰੂ ਜੀ ਕਹਿਣਗੇ ਦੇਖ ਤਾਂ ਤੇਰਾ ਜਾਮ ਹੈ ਨਾ ਪ੍ਰਿਥੀ ਚੰਦ, ਹਾਂਜੀ ਇਹਦੇ ਜੇਬ 'ਚ ਹੱਥ ਪਾ। ਨਿਕਲ ਆਈਆਂ, ਕਹਿਣਗੇ ਇਹ ਦੇਖ, ਇੱਕ ਤੇ ਦੋ ਨੰਬਰ ਦਿੱਤੇ ਹੋਏ। ਕਹਿਣੇ ਕੀ ਨਿਸ਼ਾਨੀ ਇਹਦੀ ਵੀ ਅਰਜਨ ਦੇਵ ਦੀਆਂ ਨਾ, ਮੈਂ ਵੀ ਲਿਖ ਸਕਦਾ। ਜਦੋਂ ਇਨਸਾਨ ਦਾ ਮਨ ਮੈਲਾ ਹੋਵੇ ਟੀਠ ਤਾਂ ਹੀ ਬੜੀ ਭਾਰੀ ਆ ਜਾਂਦੀ ਸੀ। ਸੋ ਇਉਂ ਕਰਕੇ ਕਹਿਣਾ ਮੈਂ ਵੀ ਲਿਖ ਸਕਦਾ। ਗੁਰੂ ਜੀ ਮੁਸਕਰਾਏ ਉਸਦੀ ਨਾਦਾਨੀ ਵੱਲ ਦੇਖ ਕੇ, ਕਹਿਣਗੇ ਚੰਗਾ ਭਾਈ ਹੁਣ ਇਹਨਾਂ ਦੇ ਨਾਲ ਅਗਲਾ ਜਿਹੜਾ ਸਟੈਪ ਮਿਲਦਾ, ਅਗਲਾ ਜਿਹੜਾ ਪਦ ਮਿਲਦਾ ਉਹ ਤੂੰ ਜੋੜ ਕੇ ਦਿਖਾ ਦੇ ਜਾ। ਚਿੱਤ ਵਿੱਚ ਤੱਕ ਬਾਹਰ ਅਨੁਭਵ ਤੋਂ ਬਿਨਾਂ ਕੈਸੇ ਐਸੀ ਗੱਲ ਹੋਵੇ। ਅਖੀਰ ਉਸ ਮੌਕੇ ਫਿਰ ਕਹਿਣ ਲੱਗੇ ਅਰਜਨ ਦੇਵ ਜੀ ਨੂੰ, ਭਾਈ ਤਿੰਨ ਪਦ ਜਿਹੜੇ ਤੁਸੀਂ ਪਹਿਲੇ ਉਚਾਰਨ ਕੀਤੇ ਹਨ ਇਹਨਾਂ ਦੇ ਨਾਲ ਮਿਲਦਾ ਜੁਲਦਾ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕਰੋ। ਉਸ ਮੌਕੇ ਚੌਥਾ ਪਦ ਜਿਹੜਾ ਸੀ ਸਮੇਂ ਦਾ ਇਉਂ ਉਚਾਰਨ ਕੀਤਾ ਉਹਨਾਂ ਨੇ, ਪੜ੍ਹੋ ਜ਼ਰਾ। ਮੈਂ ਫਗਾਂ ਵਾਲਾ ਜੀ ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ ਫਗਾਂ ਵਾਲਾ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗ ਹੋਆ ਗੁਰਸੰਤ ਮਿਲਾਇਆ, ਪਰ ਬੇਵਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਨ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਉ, ਹੋਂ ਖੋਲੀ ਜੀ ਹੋਂ ਖੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਉ। ਇਹ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕੀਤਾ। ਔਰ ਮੌਕੇ ਦਾ ਉਸ ਮੌਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਭਾਈ ਪ੍ਰਿਥੀ ਚੰਦ ਇਹ ਤਾਂ ਜਿਸ ਦੀ ਵਸਤੂ ਹੁੰਦੀ ਹੈ ਧਰੋਂ ਨਿਰੰਕਾਰ ਦੇ ਹੁਕਮ ਦੇ ਮੁਤਾਬਕ ਉਸਨੂੰ ਹੀ ਮਿਲਦੀ ਹੁੰਦੀ ਹੈ, ਤੇਰੇ ਖਿਆਲਾਤ ਗਲਤ ਸਨ, ਭਾਵੇਂ ਗੁਰੂ ਪੁੱਤਰ ਹੈ ਪਰ ਇਉਂ ਇਹ ਚੀਜ਼ਾਂ ਨਹੀਂ ਮਿਲਦੀਆਂ। ਇਹ ਤਾਂ ਉੱਥੇ ਨਿਵਾਸ ਕਰਦੀ ਹੈ, ਛੀਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਿਆ ਕਰਦਾ ਹੈ। ਜਿਹੜੇ ਹਿਰਦੇ ਬਿਲਕੁਲ ਰਿੱਛ ਅਤੇ ਬਿਲਕੁਲ ਸਾਫ਼ ਹਨ ਉੱਥੇ ਇਹਦਾ ਨਿਵਾਸ ਹੈ। ਤੇਰੇ ਚਿੱਤ ਵਿੱਚ ਇਸ ਵਸਤੂ ਦੀ ਇੱਛਾ, ਅਰਜਨ ਦੇਵ ਦੇ ਚਿੱਤ ਵਿੱਚ ਰੰਚਕ ਮਾਤਰ ਇੱਛਾ ਹੀ ਨਹੀਂ, ਉਹਦਾ ਆਪਣਾ ਫਲ ਸੇਵਾ ਕਰੀ ਜਾਣੀ, ਸੇਵਕ ਕੋ ਸੇਵਾ ਬਣਿਆ ਹੁਕਮ ਬੁਝ ਪਰਮ ਪਦ ਪਾਈ। ਸੋ ਇਸ ਕਰਕੇ ਜਿਵੇਂ ਪਹਿਲੇ ਗੁਰੂ ਨਾਨਕ ਜੀ ਤੋਂ ਲਾ ਕੇ ਇਸ ਵਸਤੂ ਗੁਰਤਾ ਗੱਦੀ ਦੀ ਦਾਤ ਅਗਲੇ ਅਗਲੇ ਜਿਸ 'ਤੇ ਪ੍ਰਸੰਨਤਾ ਹੁੰਦੀ ਸੀ ਸੇਵ 'ਤੇ ਉਸਨੂੰ ਦਿੰਦੇ ਚਲੇ ਆਏ, ਪੰਜ ਪੈਸੇ ਨਰੀਅਲ ਵਗੈਰਾ ਦਰਵਾਜ਼ ਕਰਕੇ, ਉਸੀ ਸਮੇਂ ਗੁਰੂ ਰਾਮਦਾਸ ਜੀ ਨੇ ਆਪਣੀ ਆਯੂ ਪੂਰੀ ਸਮਝ ਕੇ ਇਹ ਦਾਤ
ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਅੱਜ ਦਾ ਦਿਨ ਇਹ ਗੁਰਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣ ਦਾ ਹੈ। ਸੋ ਇਸ ਤਰੀਕੇ ਸਿਰ ਤਦੀ ਇਹ ਪ੍ਰਸੰਗ ਅੱਜ ਸੁਣਾਇਆ। ਆਪਣਾ ਪ੍ਰਸੰਗ ਤਾਂ ਵੈਸੇ ਹੋਰ ਚੱਲ ਰਿਹਾ ਸੀ, ਖੈਰ ਜਿੱਧਰ ਵੀ ਹੈ ਮਿੱਠਾ ਹਰ ਪਾਸੇ ਮਿਠਾਈ ਹੈ। ਇਸ ਕਰਕੇ ਸੇਵਾ ਗੁਰੂ ਘਰ ਦੇ ਵਿੱਚ ਸੇਵਾ ਔਰ ਭਜਨ ਦੋ ਚੀਜ਼ਾਂ ਦੀ ਮੁਕਤਾ ਹੈ। ਸੇਵਾ ਦੁਆਰਾ ਵੱਡੇ ਵੱਡੇ ਮੁਰਾਤਬੇ ਹਾਸਲ ਹੋਏ। ਤਦੇਵ ਫਰਮਾਉਂਦੇ ਦਾਦਾ ਬੋਲੇ ਭਾਈ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਾਣਾਯਾਮ ਦੀ ਬਜਾਏ ਸੁਰਤ ਸ਼ਬਦ ਯਾਨੀ ਸਿਮਰਨ ਦਾ ਮਾਰਗ ਸੁਰਤ ਨੂੰ ਸਿਮਰਨ ਤੇ ਸਵਾਰ ਕਰਕੇ ਆਪਣੇ ਨਿੱਜ ਘਰ ਦਸਵੇਂ ਦੁਆਰ ਵਿੱਚ ਲਿਜਾਣ ਦੀਆਂ ਯੁਕਤੀਆਂ ਤੇ ਤਰੀਕੇ ਦੱਸੇ ਔਰ ਤਪੱਸਿਆ ਦੀ ਬਜਾਏ ਸੇਵਾ ਰੱਖੀ। ਸੋ ਇਸ ਵਾਸਤੇ ਆਓ ਇਹਨਾਂ ਦੋਨਾਂ ਦੀ ਗੁਰੂ ਨਾਨਕ ਸਾਹਿਬ
ਸਾਹਿਬ।